ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਟੀਵੀ ਦੇ ਮੰਚ ਤੋਂ ਦਰਸ਼ਕੋ ਜੋਂ ਦਾ ਮੈਂ ਪ੍ਰੋਗਰਾਮ ਕਰਕੇ ਗਿਆ ਪਿਛਲੇ ਵੀਰਵਾਰ ਦਾ ਉਸ ਤੋਂ ਬਾਅਦ ਬਹੁਤ ਕੁਝ ਨਵਾਂ ਘਟਿਆ ਵਾਪਰਿਆ ਬਹੁਤ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਪਰ ਪਿਛਲੇ 24 ਘੰਟਿਆਂ ਜਾਂ 12 ਘੰਟਿਆਂ ਦੇ ਵਿੱਚ ਕਈ ਚੀਜ਼ਾਂ ਕਈ ਖਬਰਾਂ ਸਸਪੈਂਸ ਲੈ ਕੇ ਸਾਹਮਣੇ ਆਈਆਂ ਸਸਪੈਂਸ ਇਨ ਦੀ ਸੈਂਸ ਕਿ ਇੱਕ ਥਰਡ ਵੇਰੀਐਂਟ ਜਿਹਨੂੰ ਡੈਲਟਾ ਨਾਮ ਵੀ ਦਿੱਤਾ ਜਾਂਦਾ ਮਹਾਰਾਸ਼ਟਰ ਦੇ ਵਿੱਚ ਨੋਟ ਕੀਤਾ ਗਿਆ ਕਿ ਉਹ ਥਰਡ ਵੇਵ ਦੇ ਵਿੱਚ ਤਬਦੀਲ ਹੋਊਗਾ ਜਾਂ ਕਿੰਨਾ ਕੁ ਘਾਤਕ ਹੋਊਗਾ ਅਗਲੀ ਖਬਰ ਵੀ ਸਸਪੈਂਸ ਮੰਗਦੀ ਹੈ ਕਿ ਸ਼ਰਦ ਪਵਾਰ ਦੇ ਘਰ ਮੀਟਿੰਗਸ ਹੁੰਦੀ ਹੈ ਕਈ ਵੱਡੇ ਨੇਤਾਵਾਂ ਦੀ ਔਰ ਉਹਦੇ ਵਿੱਚ ਬਾਹਰ ਨਿਕਲ ਕੇ ਹਾਲੇ ਤੱਕ ਕੁਛ ਨਹੀਂ ਆਇਆ ਕਿ ਥਰਡ ਫਰੰਟ ਬਣੇਗਾ ਕੀ ਹੋਏਗਾ ਕੀ ਨਹੀਂ ਉਹ ਬਾਅਦ ਦੀਆਂ ਗੱਲਾਂ ਨੇ ਸਸਪੈਂਸ ਹਾਲੇ ਵੀ ਬਣਿਆ ਹੋਇਆ ਉਸ ਤੋਂ ਬਾਅਦ ਪੰਜ ਵਾਰੀਆਂ ਦੇ ਮੁੱਖ ਮੰਤਰੀ ਬੜੇ ਸੀਨੀਅਰ ਅਕਾਲੀ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਹੋਣੀ ਸਿੱਟ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਕੋਟਕਪੁਰਾ ਗੋਲੀਕਾਂਡ ਦੇ ਵਿੱਚ ਸਾਹਮਣੇ ਹਾਲੇ ਕੁਛ ਨਹੀਂ ਆਇਆ ਕਿਉਂਕਿ ਇਹ ਚੀਜ਼ਾਂ ਟਾਈਮ ਲੱਗੀਆਂ ਕੁਛ ਕੋਰਟਸ ਦੀ ਜਿਹੜੀ ਮਾਨਯੋਗ ਹਾਈ ਕੋਰਟ ਆ ਜੋ ਵੀ ਕੋਰਟਸ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਉਹਨਾਂ ਦੀਆਂ ਰਿਸਟ੍ਰਿਕਸ਼ਨਸ ਹੋਣੀਆਂ ਕਿ ਬਾਹਰ ਕੁਛ ਲੀਕ ਨਹੀਂ ਕਰਨਾ ਦਰਸ਼ਕੋ ਇਹ ਸਸਪੈਂਸ ਬਣਿਆ ਰਹੂਗਾ ਆਉਣ ਵਾਲਾ ਵਕਤ ਦੀ ਬੁੱਕਲ ਦੇ ਵਿੱਚ ਇਹ ਸਭ ਕੁਛ ਹੈ ਅੱਗੇ ਆਪਾਂ ਵੱਧਦੇ ਹਾਂ ਕਿ ਆਪਣੇ ਨਾਲ ਇੱਕ ਮੁਅੱਜ਼ਜ਼ ਮਹਿਮਾਨ ਜੁੜੇ ਹੋਏ ਨੇ ਇੰਡੀਆ ਤੋਂ ਬਹੁਤ ਸਾਰੇ ਕੁਐਸਚਨਾਂ ਦੇ ਆਨਸਰ ਦੇਣਗੇ ਬੜੀ ਉਹ ਜਿਹੜੀ ਸਿੱਧੀ ਗੱਲ ਕਰਦੇ ਕਿਉਂਕਿ ਤੁਸੀਂ ਮੈਨੂੰ ਸਾਰਿਆਂ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਲੈ ਕੇ ਆਓ ਤਾਂ ਕਿ ਅਸੀਂ ਕੁਐਸਚਨ ਪੁੱਛ ਸਕੀਏ ਦੇਖੋ ਬਹੁਤ ਸਾਰੇ ਕੁਐਸਚਨ ਮੈਂ ਮਨੋਰੰਜਨ ਕਾਲੀਆ ਜੀ ਨੂੰ ਵੀ ਪੁੱਛੇ ਪਰ ਅੱਜ ਆਪਣੇ ਕੋਲ ਜਿਹੜੇ ਨੇਤਾ ਹੈ ਭਾਰਤੀ ਜਨਤਾ ਪਾਰਟੀ ਦੇ ਪਰ ਬੜੇ ਸਿੱਧੇ ਸਿੱਧੇ ਆਨਸਰ ਕਰਦੇ ਨੇ ਤੁਸੀਂ ਵੀ ਲੇਟਲੀ ਇਹਨਾਂ ਦੇ ਇੰਟਰਵਿਊਜ਼ ਦੇਖੇ ਹੋਣਗੇ ਮੇਰੇ ਕਹਿਣ ਤੋਂ ਭਾਵ ਪੂਰਵ ਮੰਤਰੀ ਅਤੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਸ਼੍ਰੀ ਅਨਿਲ ਜੋਸ਼ੀ ਜੀ ਸਾਡੇ ਨਾਲ ਬਣ ਗਏ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਅੱਗੇ ਵੱਧਦੇ ਹਾਂ ਜੋਸ਼ੀ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਬਹੁਤ ਧੰਨਵਾਦ ਬਹੁਤ ਧੰਨਵਾਦ ਜਸ ਪੰਜਾਬੀ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੋਸ਼ੀ ਜੀ ਪਹਿਲਾਂ ਤਾਂ ਦੱਸੋ ਜੀ ਪਤਾ ਲੱਗਿਆ ਸੀ ਕੋਈ ਸਿਹਤ ਦੇ ਵਿੱਚ ਢਿੱਲ ਮੱਠ ਚੱਲ ਰਹੀ ਹੁਣ ਕਿੱਦਾਂ ਹੁਣ ਕਾਫੀ ਠੀਕ ਹੈ ਜੀ 2 ਮਹੀਨੇ ਹੋ ਗਏ ਤਕਰੀਬਨ 21 ਅਪ੍ਰੈਲ ਨੂੰ ਮੈਨੂੰ ਸੱਟ ਲੱਗੀ ਸੀ ਮੇਰੀਆਂ ਪਸਲੀਆਂ 6 ਜਿਹੜੀਆਂ ਨਾ ਉਹ ਫ੍ਰੈਕਚਰ ਹੋ ਗਈਆਂ ਸੀ ਕੁਛ ਲੰਗਸ ਦੇ ਵਿੱਚ ਵੱਜਣ ਕਰਕੇ ਪ੍ਰੋਬਲਮ ਆ ਗਈ ਸੀ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਠੀਕ ਹੈ ਕਾਫੀ ਬਾਕੀ ਟਾਈਮ ਥੋੜ੍ਹਾ ਜਿਹਾ ਇਸ ਜਿਹੜੇ ਬੋਨ ਦੇ ਜਿਹੜਾ ਜੁੜਨ ਦਾ ਹੁੰਦਾ ਨਾ ਹੱਡੀਆਂ ਦੇ ਉਹ ਥੋੜ੍ਹਾ ਟਾਈਮ ਤੇ ਲੱਗਦਾ ਟਾਈਮ ਲੱਗਦਾ ਇਹ ਟਾਈਮ ਦੀ ਗੱਲ ਹੈ ਬਾਕੀ ਕੰਫਰਟੇਬਲ ਹੈ ਮੈਂ ਚਲੋ ਚਲੋ ਸ਼ੁਕਰ ਹੈ ਪਰਮਾਤਮਾ ਦਾ ਜੋਸ਼ੀ ਸਾਹਿਬ ਦਾਅਵੇ ਵੱਡੇ ਹੋ ਰਹੇ ਹਰ ਬੰਦਾ ਆਪਦੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਬਿਲੋਂਗ ਕਰਦਾ ਹਰ ਬੰਦਾ ਆਪਦੀ ਰਾਜਨੀਤਿਕ ਜ਼ਮੀਨ ਤਲਾਸ਼ ਰਿਹਾ ਇਸ ਟਾਈਮ ਪੰਜਾਬ ਦੇ ਵਿੱਚ ਦਾਅਵੇ ਵੱਡੇ ਹੋ ਰਹੇ ਆ ਪਰ ਅਸਲੀ ਪੰਜਾਬ ਪੰਜਾਬੀਅਤ ਲਈ ਜੋ ਡਰੱਗਸ ਦੇ ਮਾਮਲੇ ਨੇ ਕਰਪਸ਼ਨ ਦਾ ਮਾਮਲਾ ਆ ਹਰ ਬੰਦਾ ਉਹ ਕਹਿ ਰਿਹਾ ਕਿ ਮੈਂ ਆਹ ਕਰੂੰਗਾ ਪਰ ਉਹ ਵਾਅਦੇ ਪਿਛਲੇ 60-70 ਸਾਲਾਂ ਤੋਂ ਹੋ ਰਹੇ ਆ ਪਰ ਅਸਲੀ ਜਿਹੜੀ ਪੰਜਾਬ ਪੰਜਾਬੀਅਤ ਨੂੰ ਬਚਾਉਣ ਲਈ ਜਿਹੜੀ ਗੱਲ ਧਰਾਤਲ 'ਤੇ ਕੋਈ ਕਰੇਗਾ ਤਾਂ ਉਹਨਾਂ ਵਾਲਾ ਵਕਤ ਦੱਸੇਗਾ ਪਰ ਮੈਂ ਤੁਹਾਨੂੰ ਸਿੱਧਾ ਮੁੱਦੇ 'ਤੇ ਲੈ ਕੇ ਜਾਂਦਾ ਜੀ ਮੈਂ ਗੱਲ ਕਰਦਾ ਕਿਸਾਨ ਅੰਦੋਲਨ ਦੀ ਜੋਸ਼ੀ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ 6-7 ਮਹੀਨੇ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਹੋ ਗਏ ਉਦੋਂ ਪਹਿਲਾਂ ਪੰਜਾਬ 'ਚ ਤਾਂ ਪਹਿਲਾਂ ਦਾ ਚੱਲਦਾ ਸੀਗਾ ਸਾਰੇ ਕਹਿੰਦੇ ਆ ਕਿ 11 ਵਾਰ ਦੀ ਮੀਟਿੰਗਸ ਹੋ ਗਈ ਸਾਰਾ ਕੁਛ ਹੋ ਗਿਆ ਮੈਨੂੰ ਇਹ ਦੱਸੋ ਕਿ ਐਟ ਦਿਸ ਮੋਮੈਂਟ ਹੁਣ ਆਪਾਂ ਕਿੱਥੇ ਖੜ੍ਹੇ ਹਾਂ ਕੋਈ ਕੋਈ ਤੁਹਾਨੂੰ ਲੱਗਦਾ ਕਿ ਕੋਈ ਗੱਲਬਾਤ ਰਾਹੀਂ ਕੋਈ ਵਿਚਾਲੜਾ ਮੈਂ ਨਹੀਂ ਕਹਿੰਦਾ 100% ਉਹਦੀ ਮੰਨੀ ਜਾਵੇ ਤਾਂ 100% ਉਹਦੀ ਨਹੀਂ ਕੋਈ ਵਿਚਾਲੜਾ ਰਾਸਤਾ ਨਿਕਲਦਾ ਦਿਖ ਰਿਹਾ ਤੁਹਾਨੂੰ ਮੈਨੂੰ ਲੱਗਦਾ ਨਹੀਂ ਜੀ ਹਾਲੇ ਕੋਈ ਕਿਉਂਕਿ ਪ੍ਰਿਆਸ ਤੇ ਚਲੋ ਸਰਕਾਰ ਦਾ ਵੀ ਜਾਰੀ ਆ ਸਰਕਾਰ ਨੇ ਵੀ ਕਿਹਾ ਅਸੀਂ ਗੱਲਬਾਤ ਵਾਸਤੇ ਦਰਵਾਜ਼ੇ ਖੁੱਲ੍ਹੇ ਆ ਪਰ ਇੱਧਰੋਂ ਵੀ ਕਿਸਾਨਾਂ ਵੱਲੋਂ ਜਿਹੜੇ ਕਿਸਾਨ ਵੀ ਐਡਾਮੈਂਟ ਆ ਅਤੇ ਉਹ ਆਉਂਦੇ ਆ ਵੀ ਇਹ ਕਾਨੂੰਨ ਜਿਹੜੇ ਰਪੀਲ ਹੋਣ ਇਸ ਕਰਕੇ ਇਹ ਹੈ ਕਿ ਡੈਡਲੌਕ ਆ ਹਾਲੇ ਕੁਛ ਉਹਦੇ 'ਚ ਸਾਡੇ ਲੀਡਰਾਂ ਦੀ ਜਿਹੜੀ ਸ਼ਬਦਾਵਲੀ ਦੇ ਵੀ ਥੋੜ੍ਹਾ ਜਿਹਾ ਉਹਦੇ 'ਚ ਬਲਦੀ ਜਾਂਦੇ ਜਿਸ ਤਰ੍ਹਾਂ ਘਿਓ ਪਾਉਣ ਵਾਲੀ ਗੱਲ ਕੀਤੀ ਹੈ ਇਹ ਤਾਂ ਬਹੁਤ ਪ੍ਰੇਮ ਪਿਆਰ ਦੇ ਨਾਲ ਬਹੁਤ ਸਮਝਦਾਰੀ ਨਾਲ ਨਜਿੱਠਣ ਵਾਲਾ ਮਾਮਲਾ ਵਾ ਕਿਉਂਕਿ ਬੜਾ ਸੈਂਸਿਟਿਵ ਹੋ ਗਿਆ ਹੈ ਤਕਰੀਬਨ 7 ਮਹੀਨੇ ਉੱਥੇ ਹੋ ਗਏ ਦਿੱਲੀ ਦੇ ਬਾਰਡਰਾਂ 'ਤੇ ਜੀ 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 ਉਸ ਤੋਂ ਪਹਿਲਾਂ 3 ਕੁ ਮਹੀਨੇ ਇਹ ਪੰਜਾਬ 'ਚ ਬੈਠੇ ਰਹੇ ਹੈ ਨਾ 10 ਮਹੀਨੇ ਹੋ ਗਏ ਆ 500 ਦੇ ਕਰੀਬ ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਗਏ ਉੱਥੇ ਕਿਉਂਕਿ ਮੈਂ ਸ਼ਹੀਦ ਇਸ ਕਰਕੇ ਆਉਂਦਾ ਵੀ ਕਿਸੇ ਕਾਜ਼ ਵਾਸਤੇ ਉਹ ਆਪਣੇ ਵਾਸਤੇ ਨਹੀਂ ਬੈਠੇ ਜੀ 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 ਉਹ ਕਿਸੇ ਕਾਜ਼ ਵਾਸਤੇ ਬੈਠੇ ਆ ਅਤੇ ਕਿਸੇ ਮਿਸ਼ਨ ਵਾਸਤੇ ਬੈਠੇ ਜਦੋਂ ਵੀ ਕੋਈ ਕਿਸੇ ਮਿਸ਼ਨ ਵਾਸਤੇ ਬੈਠਦਾ ਨਾ ਆਪਣੇ ਪਰਸਨ ਨੂੰ ਛੱਡ ਕੇ
ਤੇ ਉਹ ਸ਼ਹੀਦ ਹੀ ਹੁੰਦਾ ਵਾ। ਉਹ ਉੱਥੇ ਠੰਡ ਨੂੰ ਦਰਕਿਨਾਰ ਕਰਕੇ, ਗਰਮੀ ਨੂੰ ਦਰਕਿਨਾਰ ਕਰਕੇ, ਕੋਵਿਡ ਦੀ ਮਹਾਮਾਰੀ, ਇਹਨੇ ਜੀ ਪ੍ਰੋਟੋਕੋਲ ਦਿੱਤਾ, ਸਰਕਾਰ ਨੇ ਐਡਵਾਈਜ਼ਰੀਆਂ ਜਾਰੀ ਕੀਤੀਆਂ, ਦੋ ਨਾ ਇਕੱਠੇ ਹੋ ਉੱਥੇ, ਆਪਣੀ ਜਾਨ ਜੋਖਮ 'ਚ ਪਾ ਕੇ ਲੱਖਾਂ ਲੋਕ ਇਕੱਠੇ ਹੋਏ। ਕੀ ਖਦਸ਼ੇ ਉਹਨਾਂ ਦੇ ਮਨ 'ਚ, ਕੀ ਡਰ ਬਹਿ ਗਿਆ ਉਹਨਾਂ ਦੇ ਮਨ 'ਚ? ਅਸਲੀ ਗੱਲ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਉਹ ਡਰ ਕੱਢਣਾ ਜ਼ਰੂਰੀ ਆ। ਕਾਨੂੰਨ ਜਿਹੜੇ ਆ ਉਹ ਲਾਗੂ ਹੋਣੇ ਉਨੇ ਜ਼ਰੂਰੀ ਨਹੀਂ ਗੇ, ਜਿਹੜਾ ਡਰ ਕੱਢਣਾ ਜ਼ਰੂਰੀ ਹੈ। ਜਾਂ ਕਾਨੂੰਨ ਤਾਂ ਚਲੋ 2 ਮਹੀਨੇ ਮਹੀਨੇ ਬਾਅਦ ਕਦੀ ਵੀ ਗੱਲ ਹੋਊਗੀ, ਦੇਸ਼ਾਂ ਦੇ ਮਸਲੇ ਹੱਲ ਹੋ ਜਾਂਦੇ, ਮਸਲਾ ਤਾਂ ਹੱਲ ਹੋਣਾ ਹੀ ਆ, ਜੀ ਜੀ ਪਰ ਕੀ ਜੀ ਖਦਸ਼ੇ ਉਹਨਾਂ ਦੇ ਦੂਰ ਹੋਣਗੇ? ਇਹ ਜਿਹੜਾ ਹਰ ਸ਼ਹਿਰ 'ਚ, ਹਰ ਪਿੰਡ ਦੇ ਵਿੱਚ ਜਿਹੜਾ ਵਾ ਉਹ ਇਕੱਠੇ ਹੋ ਕੇ ਕੋਈ ਲੋਕ ਜਾਂਦੇ ਆ, ਉਹਨਾਂ ਦਾ ਘਰਾਓ, ਉਹਨਾਂ ਦੇ ਨਾਲ ਉਹ ਨਾਅਰੇਬਾਜ਼ੀ, ਘਰਾਂ ਦੇ ਅੱਗੇ ਬੈਠੇ 6-6 ਮਹੀਨਿਆਂ ਤੋਂ ਕੁਛ ਬੀਜੇਪੀ ਦੇ ਲੀਡਰਾਂ ਦੇ, ਜੀ ਜੀ ਹੈ ਨਾ, ਇਹ ਚੀਜ਼ ਜਿਹੜੀ ਆ ਕਿਹੜੇ ਡਰ ਕਰਕੇ ਉਹ ਲੋਕ ਇੰਨੇ ਇਸ ਹੱਦ ਤੱਕ ਆ ਗਏ ਆ? ਮੈਨੂੰ ਇਹ ਸਮਝੋ ਬਾਹਰ ਅੱਜ ਤੱਕ ਕੋਈ ਮੈਂ ਐਜੀਟੇਸ਼ਨ ਇਹੋ ਜਿਹੀ ਨਹੀਂ ਵੇਖੀ ਜਿਹਦੇ 'ਚ ਇੰਨਾ ਮਨ 'ਚ ਖਦਸ਼ਾ ਬਣ ਗਿਆ ਹੋਵੇ, ਭਾਵੇਂ ਗੱਲ ਕੋਈ ਵੀ ਨਾ ਹੋਵੇ, ਜੀ ਪਰ ਜੀ ਉਹ ਜੀ ਡਰ ਬੈਠਾ ਜਿਹੜਾ ਨਾ, ਵੀ ਸਾਡੀਆਂ ਜ਼ਮੀਨਾਂ ਖੁਸ ਜਾਣਗੀਆਂ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ ਜ਼ਮੀਨਾਂ ਤੋਂ ਬਗੈਰ, ਜੀ ਹੈ ਨਾ, ਇਹ ਕੰਪਨੀਆਂ ਆ ਕੇ ਕਬਜ਼ੇ ਕਰ ਲੈਣਗੀਆਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾ, ਮੰਡੀਆਂ ਖਤਮ ਹੋ ਜਾਣਗੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਮੇਰਾ ਖਿਆਲ ਆ ਕੋਈ ਇਹਨਾਂ ਦਾ ਬਹੁਤ ਗੱਲ ਨਹੀਂ ਹੋਣੀ ਹੈਗੀ ਜਿੰਨਾ ਬਹਿ ਗਿਆ, ਪਰ ਇਹ ਆ ਵੀ ਕਮਜ਼ੋਰੀ ਕਿੱਧਰੋਂ ਆ, ਇਹ ਤਾਂ ਸਮਝਦਾਰੀ ਆਪਾਂ ਨੂੰ ਲੱਗਦੀ ਆ ਵੀ। ਜੋਸ਼ੀ ਸਾਹਿਬ, ਮੇਰਾ ਸਿੱਧਾ ਜਿਹਾ ਕੁਐਸਚਨ ਹੈ ਕਿ ਜਦੋਂ ਇੰਨਾ ਭਾਰਾ ਵਿਰੋਧ ਹੋ ਰਿਹਾ ਆ, ਪਹਿਲੀ ਗੱਲ ਤਾਂ ਇਹ ਲਿਆਉਣੇ ਹੀ ਨਹੀਂ ਚਾਹੀਦੇ ਸੀ ਕਰੋਨਾ ਦੀ ਮਹਾਮਾਰੀ 'ਚ, ਇਹਨਾਂ ਨੂੰ ਜਿਹੜੇ ਆਹ ਲੀਡਰ ਆ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਸਲਾਹ ਕਰ ਲੈਣੀ ਚਾਹੀਦੀ ਸੀਗੀ, ਚੱਲ ਜੇ ਆ ਗਈ ਤਾਂ। ਇੰਨਾ ਭਾਰੀ ਵਿਰੋਧ ਦੇ ਹੋਣ ਦੇ ਬਾਵਜੂਦ ਤੁਹਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਹੈਗੀ ਆ, ਮਾਣਯੋਗ ਪ੍ਰਧਾਨ ਮੰਤਰੀ ਨੇ, ਮਾਣਯੋਗ ਹੋਮ ਮਿਨਿਸਟਰ ਨੇ, ਮਾਣਯੋਗ ਖੇਤੀ ਮੰਤਰੀ ਨੇ, ਉਹਨਾਂ ਨੂੰ ਕਹਿ ਦੇਣਾ ਚਾਹੀਦਾ ਵੀ ਚਲੋ ਯਾਰ, ਇੰਨਾ ਜ਼ਿਆਦਾ ਵਿਰੋਧ ਆ, ਤੁਹਾਨੂੰ ਤੁਹਾਡੇ ਲਈ ਭਲਾਈ ਲਈ ਲਿਆਉਂਦੇ ਸੀ, ਤੁਹਾਨੂੰ ਨਹੀਂ ਚਾਹੀਦੇ, ਤਾਂ ਇੱਕ ਵਾਰ ਅਸੀਂ ਹੋਲਡ 'ਤੇ ਪਾ ਤੇ ਇੱਕ ਵਾਰ ਖਤਮ ਕਰਤੇ, ਜਦੋਂ ਦੇਖ ਲਾਂਗੇ 2024 ਤੋਂ ਬਾਅਦ ਦੁਬਾਰਾ ਸਰਕਾਰ ਆਈ ਤੁਹਾਨੂੰ ਵਿੱਚ ਸਲਾਹ ਲੈ ਕੇ ਦੁਬਾਰਾ ਬਣਾ ਦਾਂਗੇ। ਕੀ ਇਹ ਕੋਈ ਕੰਮ ਹੋ ਸਕਦਾ ਇੱਦਾਂ ਦਾ? ਦੇਖੋ ਵੇਖੋ, ਇੰਨੇ ਪਹਿਲਾਂ ਸ਼ੁਰੂ ਸ਼ੁਰੂ 'ਚ ਮੈਂ ਵੀ ਟੀਵੀ ਡਿਬੇਟ 'ਚ ਜਾਂਦਾ ਰਿਹਾ, ਅਸੀਂ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ ਸਮਝਾਈਏ, ਕੁਛ ਸਮਝ ਲੱਗ ਜੇ। ਜਦੋਂ ਅਸੀਂ ਬੈਠਦੇ ਸੀ ਇੱਧਰੋਂ ਬੀਜੇਪੀ ਵੱਲੋਂ ਟੀਵੀ 'ਤੇ, ਤਾਂ 5-4 ਲੋਕ ਅੱਗੇ ਬੈਠਦੇ ਸੀ, ਇੱਕ ਤਾਂ ਐਂਕਰ ਜਿਹੜੇ ਹੁੰਦੇ ਸੀ ਉਹ ਵੀ ਸਾਡੇ ਕੋਲ ਸਵਾਲ ਪੁੱਛਦੇ ਸੀ। ਜੀ 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 ਉਸ ਦੌਰਾਨ 3 ਪਾਰਟੀਆਂ, ਅਕਾਲੀ ਵੀ, ਆਪਣਾ ਕਾਂਗਰਸ, ਆਮ ਪਾਰਟੀ ਅਤੇ ਕਿਸਾਨ ਜਥੇਬੰਦੀ ਦਾ, 5 ਲੋਕ ਅੱਗੇ ਫਰੰਟ ਦੇ ਉੱਤੇ ਸਾਨੂੰ ਸਵਾਲ ਕਰਨ ਵਾਲੇ ਹੁੰਦੇ ਸੀ ਅਤੇ ਅਸੀਂ ਜਵਾਬ ਦੇਣ ਵਾਲੇ। ਅਖੀਰ ਮਹੀਨੇ ਬਾਅਦ ਮੈਂ ਹੱਥ ਜੋੜ ਤੇ ਮੈਂ ਕਿਹਾ ਮੈਂ ਟੀਵੀ ਡਿਬੇਟ 'ਤੇ ਨਹੀਂ ਜਾਣਾ, ਕਿਉਂਕਿ ਮੇਰੇ ਕੋਲ, ਮੈਂ ਸਮਝਦਾ ਵਾਂ ਕਿ ਜਦੋਂ ਆਪਾਂ ਇਹ ਕਹਿੰਦੇ ਹਾਂ ਨਾ ਉਹਨਾਂ ਨੂੰ ਵੀ ਤੁਹਾਡੇ ਭਲਾਈ ਵਾਸਤੇ ਆ ਜੀ, ਜੀ ਜੀ ਤੁਹਾਡੇ ਆਮਦਨ ਦੂਣੀ ਕਰਨੀ ਹੈ ਜੀ, ਮੈਂ ਕਿਹਾ ਉਧਰੋਂ ਸਿੱਧੇ ਸਵਾਲ ਸਾਨੂੰ ਆਉਂਦੇ, ਅਸੀਂ ਨਹੀਂ ਕਰਾਉਣੀ, ਤੁਸੀਂ ਸਾਨੂੰ ਜ਼ਬਰਦਸਤੀ ਕਿਉਂ ਸਾਡੀ ਆਮਦਨ ਦੂਣੀ ਕਰਦੇ ਜੇ? ਅਤੇ ਮੈਂ ਕਿਹਾ ਮੈਨੂੰ ਤਾਂ, ਮੇਰਾ ਤਾਂ ਦਿਮਾਗ ਕੰਮ ਕਰਦਾ ਵਾ ਵੀ ਮੈਂ ਕਿਸੇ ਨੂੰ ਜ਼ਬਰਦਸਤੀ ਆਖਾਂ ਵੀ ਤੁਹਾਡਾ, ਤੈਨੂੰ ਖੀਰ ਖਵਾਉਣੀ, ਅਗਲਾ ਆਖੇ ਮੈਨੂੰ ਸ਼ੂਗਰ ਆ, ਆਪਾਂ ਕਹੀ ਜਾਈਏ ਇਹ 'ਚ ਗਿਰੀਆਂ ਪਾਈਆਂ, ਇਹ 'ਚ ਬਦਾਮ ਪਾਏ ਆ, ਇਹਦੇ 'ਚ ਬੜੀਆਂ ਚੀਜ਼ਾਂ, ਨਿਕਸ ਪਾਇਆ, ਉਹ ਆਖੇ ਮੈਂ ਖਾਣੀ ਨਹੀਂ ਹੈ, ਅਤੇ ਆਪਾਂ ਕਿਉਂ ਐਡੀ ਅਖਿਆਈ ਕਰਦੇ ਪਏ ਖੀਰ ਖਵਾਉਣ, ਹੈ ਨਾ। ਹਾਂ, ਫਿਰ ਦੂਜੀ ਗੱਲ ਮੈਂ ਆਪਣੇ ਐਕਸਪੀਰੀਅੰਸ ਨਾਲ ਦੱਸਦਾ ਜੀ ਤੁਹਾਨੂੰ, ਕਿ ਮੈਂ ਮਿਨਿਸਟਰ ਰਿਹਾ, ਲੋਕਲ ਗਵਰਨਮੈਂਟ ਮਿਨਿਸਟਰ, ਲੋਕਲ ਬੋਡੀਜ਼ ਮਿਨਿਸਟਰ, ਮਤਲਬ ਸ਼ਹਿਰਾਂ ਦੀ ਸਾਰੀ ਡਿਵੈਲਪਮੈਂਟ ਦਾ ਜ਼ਿੰਮਾ ਮੇਰੇ ਕੋਲ ਸੀਗਾ, ਪੰਜਾਬ ਦੀ ਸਰਕਾਰ ਸੀ 2012 ਤੋਂ 2017 ਤੱਕ ਦੀ। ਉਹਦੇ 'ਚ ਮੈਂ ਆਪਣੀ ਕੌਂਸਟੀਟੂਐਂਸੀ 'ਚ, ਬਾਕੀ ਤਾਂ ਪੰਜਾਬ ਦੇ ਵਿੱਚ ਅਸੀਂ ਚਲੋ ਜਿਹੜਾ ਵਾ ਜੋ ਟੈਂਡਰਿੰਗ ਕਰਤੀ, ਪੈਸੇ ਦੇ ਦਿੱਤੇ, ਅਤੇ ਉਹ ਡਿਵੈਲਪਮੈਂਟ ਆਪੇ MLA ਦੇ ਸਿਰ 'ਤੇ, ਜੋ ਜਿਹੜੇ ਹਲਕੇ ਇੰਚਾਰਜ ਸੀ ਉਹ ਕਰਦੇ ਸੀ। ਮੈਂ ਆਪਣੀ ਕੌਂਸਟੀਟੂਐਂਸੀ 'ਚ ਇੱਕ ਇੱਕ ਗਲੀ 'ਚ ਗਿਆ, ਅਸੀਂ ਕਈ ਵਾਰੀ ਨਾ ਗਲੀ ਬਣਾਉਂਦੇ ਸੀ ਵੀ ਕਿ ਝਿੱਕੜਿਆ, ਟੁੱਟੀ ਗਲੀ ਆ ਜਾਂ ਕੱਚੀ ਆ, ਅਤੇ ਆਪਾਂ ਲੋਕਾਂ ਨੂੰ ਆਖਦੇ ਤੁਹਾਡੀ ਜਾਂ ਪਹਿਲਾਂ ਲੁੱਕਦੀ ਬਣੀ ਆ, ਖਰਾਬ ਹੋ ਗਈ ਆ, ਅਤੇ ਆਪਾਂ ਉਹਨੂੰ ਰੀਲੇ ਕਰਨਾ, ਦਾ ਦੁਬਾਰਾ ਬਣਾਉਣਾ, ਰੀਕੰਸਟਰਕਟ ਕਰਨਾ। ਅਤੇ ਮੈਂ ਉਹਨਾਂ ਨੂੰ ਜਦੋਂ ਕਹਿਣਾ, ਅਤੇ ਕਈਆਂ ਦੇ ਵਿੱਚੋਂ ਨਾ 2-4 ਘਰਾਂ ਨੇ ਗਲੀ 'ਚੋਂ, ਬਾਕੀ ਕੋਈ ਪ੍ਰੋਬਲਮ ਨਹੀਂ, 2-4 ਘਰ ਵੀ ਉਹਨਾਂ ਕਹਿਣਾ ਸਾਡੇ ਘਰ ਨਹੀਂ ਵੀ ਹੋ ਜਾਣੇ ਜੀ, ਤੁਸੀਂ ਇਹ 2-3 ਇੰਚ ਹਰ ਵਾਰੀ ਉੱਚੀ ਹੋ ਜਾਂਦੀ ਆ, ਜੀ ਜੀ ਜੀ, ਅਤੇ ਇਹ ਤੁਸੀਂ ਜਿਹੜੀ ਆ ਸਾਡੇ ਉੱਥੇ ਪਾਣੀ ਆ ਜਾਣਾ ਘਰਾਂ 'ਚ, ਸਾਨੂੰ ਕੀ ਫਾਇਦਾ? ਉਹਨਾਂ 2-4 ਘਰਾਂ ਦਾ ਵੀ ਮੈਂ ਸੋਚਦਾ ਸੀ, ਮੈਂ ਕਿਹਾ ਯਾਰ ਆਪਾਂ ਇਹਨਾਂ ਦੇ ਫਾਇਦੇ ਵਾਸਤੇ ਕੰਮ ਕਰਦੇ ਪਏ ਹਾਂ, ਇਹਨਾਂ ਵਾਸਤੇ ਇਹ ਨਸੂਰ ਬਣ ਗਿਆ, ਜੇ ਇਹ ਗਲੀ ਬਣਾਈ ਦਾ ਵੀ ਸਾਨੂੰ ਕੀ ਫਾਇਦਾ ਹੋਇਆ? ਜੀ ਜੇ ਇਹ ਹਰ ਵੇਲੇ ਇਹਨਾਂ ਨੂੰ ਇਹ ਚਿੰਤਾ ਰਹੀ ਵੀ ਜਦੋਂ ਬਾਰਿਸ਼ ਆਉਣੀ ਸਾਡੇ ਘਰ ਪਾਣੀ ਆ ਜਾਣਾ, ਜਦੋਂ ਕਿਤੇ ਸੀਵਰੇਜ ਚੋਕ ਹੋ ਗਿਆ ਗੰਦਾ ਪਾਣੀ ਸਾਡੇ ਘਰ ਆ ਜਾਣਾ, ਤੇ ਇਹਨਾਂ ਦੀ ਤਾਂ ਟੈਨਸ਼ਨ ਆਪਾਂ ਵਧਾਤੀ, ਤੇ ਆਪਣੇ ਕੰਮ ਕਰਨ ਦਾ ਕੀ ਫਾਇਦਾ ਹੋਇਆ? ਤੇ ਮੈਂ ਉਹਨਾਂ ਨੂੰ ਆਂਦਾ ਸੀ ਵੀ ਇਹਨੂੰ ਐਂ ਕਰੋ, ਕੁਛ ਪੈਸੇ ਵੱਧ ਲੱਗਣਗੇ, ਸਾਰੀ ਪੁੱਟੋ ਪਹਿਲਾਂ, ਜਿਹੜੀਆਂ ਪਹਿਲਾਂ ਲੇਅਰਾਂ ਪਈਆਂ 1-2, ਹਾਂਜੀ ਤੇ ਇਹਨੂੰ ਪਹਿਲੇ ਲੈਵਲ ਤੇ ਲਿਆ ਕੇ ਤੇ ਦੁਬਾਰਾ ਬਣਾ ਦਿਓ। ਤੇ ਮੈਂ ਤੇ ਇੱਥੋਂ ਤੱਕ ਵੀ ਸੋਚਦਾ ਸੀ ਵੀ ਆਪਾਂ ਜੇ 100 ਬੰਦਾ ਵਾ, 100 'ਚੋਂ 10 ਬੰਦੇ ਵੀ ਜਿਹੜੇ ਆ ਨਾ, ਉਹਨਾਂ ਦਾ ਨੁਕਸਾਨ ਹੁੰਦਾ ਪਿਆ,
ਤੇ ਆਪਾਂ ਇਹ ਦੁਬਾਰਾ ਸੋਚ ਲਈਏ, ਦੁਬਾਰਾ ਇਹਦਾ ਜਿਹੜਾ ਵਾ ਕੋਈ ਪ੍ਰੋਗਰਾਮ ਕਰ ਲਈਏ ਵੀ ਉਹਨਾਂ ਦਾ ਵੀ ਫਾਇਦਾ ਹੋ ਜੇ ਉਹਨਾਂ ਤੇ ਦਾ ਵੀ ਦੂਜਿਆਂ ਦਾ ਫਾਇਦਾ। ਕੋਈ ਨੁਕਸਾਨ ਨਹੀਂ ਹੁੰਦਾ ਜੇ ਉਹਨਾਂ ਦੇ ਫਾਇਦੇ ਨਾਲ ਦੂਸਰਿਆਂ ਦਾ ਨੁਕਸਾਨ 90ਾਂ ਦਾ ਨਹੀਂ ਹੁੰਦਾ। ਜੀ 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 ਇਸ ਕਰਕੇ ਮੈਂ ਤੇ ਇਹੀ ਹਮੇਸ਼ਾ ਸੋਚਿਆ ਵੀ ਜੇ ਆਪਾਂ ਕਿਸੇ ਨੂੰ ਕਹਿੰਦੇ ਪਏ ਉਹਦੇ ਨਹੀਂ ਸਾਡਾ ਫਾਇਦਾ ਨਹੀਂ ਨੁਕਸਾਨ ਹੋਣਾ ਇਹਦੇ ਨਾਲ, ਤੇ ਆਪਾਂ ਫਿਰ ਉਹਨਾਂ ਨੂੰ ਬਿਠਾ ਕੇ ਆਖੀ ਵੀ ਸਾਡੇ ਇਹ ਮੰਤਵ ਆ ਸਰਕਾਰ ਦਾ ਵੀ ਅਸੀਂ ਤੁਹਾਡਾ ਫਾਇਦਾ ਕਰਨਾ ਚਾਹੁੰਦੇ ਹਾਂ, ਫਿਰ ਤੁਸੀਂ ਦੱਸ ਦਿਓ ਕਿਸ ਤਰ੍ਹਾਂ ਹੋਊਗਾ। ਜੀ ਹੁਣ ਜੀ ਤਿੰਨ ਜੀ ਕਾਨੂੰਨ ਬਣੇ ਆ, ਤੁਸੀਂ ਚਲੋ ਸਾਡੇ ਸਵਾਲ 'ਚ ਸ਼ਾਇਦ ਅੱਗੇ ਵੀ ਹੋਵੇ। ਹਾਂਜੀ ਹਾਂਜੀ, ਇੱਕ ਤੇ ਹੈਗਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਆਪਣਾ ਕਮਰਸ ਦਾ ਜਿਹੜਾ ਪ੍ਰਮੋਸ਼ਨ ਐਂਡ ਆਪਣਾ ਫੈਸਿਲੀਟੇਸ਼ਨ ਐਕਟ ਆ, ਜਿਹਦੇ 'ਚ ਆਪਣਾ ਜਿਹੜੀ ਫਾਰਮਰ ਦੀ ਪ੍ਰੋਡਿਊਸ ਆ ਨਾ ਜੀ 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 ਉਹ ਆਪਣਾ ਜਿਹੜੀ ਆ ਉਹਦੇ 'ਚ ਪ੍ਰਾਈਵੇਟ ਮੰਡੀ ਜਿਹੜੀ ਆਉਣੀ ਆ, ਠੀਕ ਹੈ ਨਾ, ਜੀ ਜੀ ਜਿਹੜੀ ਜੀ ਪ੍ਰਾਈਵੇਟ ਪੇ ਉਹਨਾਂ ਦੀ ਜਿਹੜੀ ਆ ਉਹ ਆਪਾਂ ਪ੍ਰਮੋਸ਼ਨ ਕਰਨੀ ਆ, ਤੇ ਉਹਨਾਂ ਨੂੰ ਫੈਸਿਲੀਟੇਸ਼ਨ ਵੀ ਬਾਹਰ ਵੀ ਮੰਡੀਆਂ ਆ ਜਾਣਗੀਆਂ ਜਿਹੜੀਆਂ ਇੱਕ ਮੰਡੀਆਂ ਪਹਿਲਾਂ ਵਾ, ਤੇ ਉਹਦੇ 'ਚ ਟੈਕਸ ਨਹੀਂ ਲੱਗੂਗਾ ਤੇ ਤੁਹਾਨੂੰ ਭਾਅ ਵੱਧ ਮਿਲ ਜੂਗਾ, ਜੀ ਠੀਕ ਹੈ ਨਾ, ਉਹਦੇ 'ਚ ਖਦਸ਼ੇ ਆ ਲੋਕਾਂ ਦੇ। ਦੂਸਰਾ ਜਿਹੜਾ ਵਾ ਆਪਣਾ ਅਸੈਂਸ਼ੀਅਲ ਕਮੋਡਿਟੀ ਅਸੈਂਸ਼ੀਅਲ ਕਮੋਡਿਟੀ ਦਾ ਉਹਦਾ, ਤੇ ਉਹ ਅਮੈਂਡਮੈਂਟ ਹੋਈ ਆ ਵੀ ਹੁਣ ਭੰਡਾਰਨ ਜਿਹੜਾ ਵਾ ਜਿਹੜਾ ਮਰਜ਼ੀ ਜਿਹੜਾ ਵਾ ਉਹ ਸਟੋਰ ਕਰ ਸਕਦਾ ਚੀਜ਼, ਹੈ ਨਾ। ਤੇ ਤੀਜਾ ਜਿਹੜਾ ਹੈਗਾ ਕੰਟਰੈਕਟ ਫਾਰਮਿੰਗ ਵਾਲਾ ਹੈਗਾ, ਹੈ ਨਾ, ਤੇ ਉਹਦੇ 'ਚ ਤਿੰਨਾਂ ਦੇ ਉੱਤੇ ਹੀ ਲੋਕਾਂ ਨੂੰ ਖਦਸ਼ੇ ਆ। ਜੀ ਜੀ ਤੇ ਤਿੰਨਾਂ ਦੇ ਜਿਹੜਾ ਅਸੈਂਸ਼ੀਅਲ ਖਰਚੇ ਆ ਜਸਟ ਅਸੈਂਸ਼ੀਅਲ ਕਿੰਨਾ ਕੁ ਕੰਪਲੀਟਡ ਖਾਣਾ ਵਾਲਾ ਉਹਦੇ ਤੇ ਕੰਜ਼ਿਊਮਰ ਨੂੰ ਬੜਾ ਜਿਹੜਾ ਵਾ ਉਹ ਇਫੈਕਟ ਉਹ ਪੂਰਾ ਅੰਧੇ ਹੋ ਇਫੈਕਟ ਜਾਣਾ ਹੋਊ। ਸਾ ਜੀ ਜੀ ਇੱਥੇ ਆਪਾਂ ਇਹਨੇ ਇੱਥੇ ਥੋੜ੍ਹੀ ਖੁੱਲ੍ਹ ਕੇ ਆਪਾਂ ਗੱਲ ਕਰਦੇ ਹਾਂ ਜੋਸ਼ ਸਾਹਿਬ, ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਅਨਿਲ ਜੋਸ਼ੀ ਜੀ, ਤੇ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਦੇ ਲਈ। ਤੁਸੀਂ ਇਦਾਂ ਹੀ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਸ਼੍ਰੀ ਅਨਿਲ ਜੋਸ਼ੀ ਜੀ। ਜੋਸ਼ੀ ਸਾਹਿਬ, ਆਪਾਂ ਤਿੰਨੇ ਚੀਜ਼ਾਂ 'ਤੇ ਖਦਸ਼ੇ ਲੋਕਾਂ ਦੇ ਤੁਹਾਨੂੰ ਮੈਂ ਦੱਸਦੇ ਆਲਰੇਡੀ, ਅਸੈਂਸ਼ੀਅਲ ਕਮੋਡਿਟੀ, ਕੰਟਰੈਕਟ ਫਾਰਮਿੰਗ ਅਤੇ APMC ਮੰਡੀਜ਼ ਦਾ। ਤੁਸੀਂ ਇਹਨਾਂ 'ਤੇ ਚਾਨਣਾ ਪਾਓ ਥੋੜ੍ਹਾ ਥੋੜ੍ਹਾ, ਜੋ ਵੀ ਤੁਹਾਡੇ ਵਿਚਾਰ ਹੈ ਅਤੇ ਕੁਐਸਚਨ ਅੱਗੇ ਬਹੁਤ ਨੇ, ਇਹਨਾਂ ਨੂੰ ਫਿਨਿਸ਼ ਕਰਕੇ ਆਪਾਂ ਅੱਗੇ ਵੱਧਦੇ ਹਾਂ। ਦੇਖੋ ਜਿਹੜਾ ਓਪਨ ਮੰਡੀ ਵਾਲਾ ਵਾ ਜਿਹੜਾ ਆਪਣਾ, ਉਹਦੇ 'ਚ ਤਾਂ ਇਹੀ ਹੈ ਨਾ ਲੋਕਾਂ ਨੂੰ ਖਦਸ਼ਾ ਕਿ ਸਾਡੀਆਂ ਜਿਹੜੀਆਂ APMC ਐਕਟ ਜਿਹੜਾ ਵਾ, ਅਸਲ ਦੇ ਵਿੱਚ APMC ਐਕਟ ਜਿਹੜਾ ਵਾ ਉਹ ਸਟੇਟ ਸਰਕਾਰਾਂ ਦਾ ਹੁੰਦਾ। ਜੀ ਜੀ ਐਗਰੀਕਲਚਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ, ਵੀ ਜਿਹੜੀ ਮਾਰਕੀਟ ਕਮੇਟੀਆਂ ਜਿੱਥੇ ਜਿਹੜੀ ਪ੍ਰੋਡਿਊਸ ਆ ਉੱਥੇ ਲੈ ਕੇ ਆਉਣੀ ਅਤੇ ਵਿਕਣੀ ਆ ਜੀ, ਉਹ ਆਲਰੇਡੀ ਜਿਹੜਾ ਵਾ ਉਹਦੇ 'ਚ ਟੈਕਸ ਆ ਜਿਹੜਾ ਵਾ ਲੱਗਦਾ ਜਿੰਨੇ ਖਰੀਦਣਾ, ਹੈ ਨਾ, 3% ਇੱਕ 3% ਇੱਕ ਅਤੇ 2.5% ਦਾਮੀ ਹੈ ਜਿਹੜੀ ਆੜ੍ਹਤੀਆਂ ਨੂੰ ਦੇਣੀ ਹੈ, 3% RDF ਆ ਰੂਰਲ ਡਿਵੈਲਪਮੈਂਟ ਫੰਡ, 3% ਮੰਡੀ ਫੀਸ ਆ, ਹੈ ਨਾ, ਉਹਦੇ 'ਚ 8.5% ਟੈਕਸ ਲੱਗਦਾ। ਹੁਣ ਬਾਹਰ ਜਿਹੜਾ ਵਾ ਉਹ ਟੈਕਸ ਨਹੀਂ ਗਾ, ਉਹਦੇ 'ਚ ਜਿਹੜੇ ਐਕਟ ਬਣੇ ਆ ਬਾਹਰ ਜਿਹੜਾ ਟੈਕਸ ਜੇ ਨਹੀਂ ਆ ਤਾਂ ਉਹਦੇ 'ਚ ਉਹਨਾਂ ਨੂੰ ਇਹੀ ਖਦਸ਼ਾ ਵਾ ਵੀ ਬਾਹਰੋਂ ਫਿਰ ਖਰੀਦ ਕਰਨਗੇ ਲੋਕੀ, ਜਿਹੜੇ ਵੀ ਪ੍ਰਾਈਵੇਟ ਪਲੇਅਰ ਆਉਣਗੇ ਉਹ ਬਾਹਰੋਂ, ਉਹਨਾਂ ਨੂੰ ਕਿਹਾ ਤਾਂ ਇਹੀ ਜਾ ਰਿਹਾ ਵਾ ਵੀ ਕਿਸਾਨ ਨੂੰ ਅਤੇ ਕਿਸਾਨ ਦੀ ਇਹ ਖਦਸ਼ਾ ਵਾ ਵੀ ਪਹਿਲਾਂ ਸਾਨੂੰ 100-200 ਰੁਪਈਆ ਵੱਧ ਦੇਣਗੇ, ਉਸ ਤੋਂ ਬਾਅਦ ਹੌਲੀ ਹੌਲੀ ਮੰਡੀ ਦੇ ਵਿੱਚ ਜਦੋਂ ਕੋਈ ਨਹੀਂ ਜਾਊਗਾ ਤਾਂ ਇਨਫਰਾਸਟਰਕਚਰ ਖਤਮ ਹੋ ਜਾਊਗਾ, ਕਿਉਂਕਿ ਉਹਨੂੰ ਜਿਹੜੀ ਜਿਹੜਾ 3% ਮਾਰਕੀਟ ਫੀਸ ਆ ਜੀ 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 ਉਹ ਸਾਰਾ ਜਿੰਨਾ ਵਾ ਨਾ ਉਹ ਉਹਦਾ 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 ਸਿਸਟਮ ਮੰਡੀਆਂ ਦੀ ਮੇਨਟੇਨੈਂਸ, ਸਾਰਾ ਸਿਸਟਮ, ਉਹਦਾ ਸਟਾਫ, ਉਹਨਾਂ ਦੀਆਂ ਤਨਖਾਹਾਂ ਉਹਦੇ 'ਚੋਂ ਜਾਂਦੀਆਂ। ਜੀ 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 ਹੈ ਵੀ ਟੈਕਸ ਜਦੋਂ ਮਿਲਿਆ ਨਾ ਇਹ ਖਤਮ ਹੋ ਜਾਣਾ ਸਿਸਟਮ, ਜੀ ਹੈ ਨਾ, ਮਾਰਕੀਟ ਕਮੇਟੀਆਂ ਖਤਮ ਹੋ ਜਾਣੀਆਂ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲਣੀਆਂ, ਮੰਡੀਆਂ ਦੀ ਰਿਪੇਅਰ ਨਹੀਂ ਹੋਣੀ, ਮੇਨਟੇਨੈਂਸ ਨਹੀਂ ਹੋਣੀ, ਉੱਥੇ ਇਨਫਰਾਸਟਰਕਚਰ ਖਤਮ ਹੋ ਜਾਊਗਾ ਤੇ ਬਾਹਰਲੀਆਂ ਮੰਡੀਆਂ ਚੱਲਣਗੀਆਂ ਤੇ ਪਹਿਲਾਂ ਸਾਨੂੰ ਵੱਧ ਦੇਣਗੇ, ਉਸ ਤੋਂ ਬਾਅਦ ਜੇ ਮੰਡੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਇਹ ਜਿਹੜਾ ਵਾ ਸਾਡੀ ਆਪਣੀ ਮਨਮਰਜ਼ੀ ਦੇ ਨਾਲ ਕਰਨਗੇ। ਜਿਸ ਤਰ੍ਹਾਂ ਹੁਣ ਇਹ ਜਿੱਥੇ ਮੰਡੀ ਜਿੱਥੇ ਨਹੀਂ ਹੈਗੀਆਂ ਮੰਡੀਆਂ, ਬਿਹਾਰ 'ਚ ਨਹੀਂ ਹੈਗੀ, ਬਿਹਾਰ 'ਚ ਨਹੀਂ ਹੈਗੀ, UP 'ਚ ਨਹੀਂ, ਬਾਕੀ ਸਟੇਟਾਂ 'ਚ ਨਹੀਂ ਹੈਗੀ, ਜੀ ਉੱਥੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਜੋ ਕਹਿੰਦੇ ਆ ਇਹ ਕਿਸਾਨ ਵੀ ਉੱਥੇ 1100 ਰੁਪਈਆ ਝੋਨਾ ਵਿਕਦਾ, ਇੱਥੇ 1880 ਵਿਕਦਾ, ਇਸ ਤਰ੍ਹਾਂ ਹੀ ਕਣਕ ਦੀ ਗੱਲ ਆ, ਇਸ ਤਰ੍ਹਾਂ ਬਾਕੀ ਫਸਲਾਂ ਦੀ ਗੱਲ ਆ, ਹੈ ਨਾ, ਇਹ ਖਦਸ਼ੇ ਆ ਇਹਨਾਂ ਦੇ। ਉਹਨਾਂ ਖਦਸ਼ਿਆਂ ਨੂੰ ਦੂਰ ਕਰਨ ਵਾਸਤੇ ਚਲੋ ਸਰਕਾਰ ਨੇ ਵੀ ਅਮੈਂਡਮੈਂਟਸ ਦੀ ਕੀਤੀ ਆ ਵੀ ਆਪਾਂ ਬਾਹਰ ਵੀ ਟੈਕਸ ਲਾ ਦਿੰਦੇ ਹਾਂ, ਪਰ ਗੱਲ ਜਿਹੜੀ ਆ ਉਹੀ ਆ ਆਪਣਾ ਗੁਰਲਾਲ ਜੀ, ਵਿਸ਼ਵਾਸ ਦੀ ਕਮੀ ਹੋ ਗਈ ਸਰਕਾਰ ਦੀ ਤੇ ਆਪਸ ਦੀ। ਵਿਸ਼ਵਾਸ ਦੀ ਜਦੋਂ ਕਮੀ ਹੁੰਦੀ ਆ ਨਾ ਤੇ ਉਦੋਂ ਮਸਲੇ ਸੁਲਝਦੇ ਨਹੀਂ ਗੇ। ਸਭ ਤੋਂ ਪਹਿਲਾਂ ਵਿਸ਼ਵਾਸ ਬਹਾਲ ਕਰਨਾ, ਤੇ ਉਹਦੇ 'ਚ ਸਭ ਤੋਂ ਵੱਡੀ ਗੱਲ ਤਾਂ ਇਹੀ ਆਉਂਦੀ ਆ ਵੀ ਆਪਾਂ ਕਿਸਾਨਾਂ ਨੂੰ ਕਹੇ ਭਾਈਏ ਵੀ ਤੁਹਾਡੇ ਫਾਇਦੇ ਵਾਸਤੇ ਕਰਨਾ, ਚਲੋ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਆ ਉਹ ਤੇ ਸਰਕਾਰ ਦੇ ਜੇ ਭੰਡਾਰਨ ਦੀ ਉਹਨਾਂ ਨੇ ਕਿਹਾ ਵੀ ਜਿਹੜਾ ਮਰਜ਼ੀ ਕਰ ਲਏ ਉਹਦੇ 'ਤੇ, ਇਹਦਾ ਮਤਲਬ ਆ ਪ੍ਰਾਈਵੇਟ ਗੋਦਾਮ ਬਣਨਗੇ, ਸਾਈਲੋਸ ਬਣਨਗੇ, ਪ੍ਰਾਈਵੇਟ ਜਿਹੜੇ ਆ ਉਹ ਕੋਲਡ ਸਟੋਰ ਹੋਰ ਬਣਨਗੇ, ਬਣਨੇ ਚਾਹੀਦੇ ਆ, ਇਨਫਰਾਸਟ੍ਰਕਚਰ ਬਣਨਾ ਚਾਹੀਦਾ ਕਿਉਂਕਿ ਫਸਲ ਬਹੁਤ ਖਰਾਬ ਹੁੰਦੀ ਆ। ਜੀ ਜੀ ਫਿਰ ਆਪਾਂ ਆਖੀਏ ਸਰਕਾਰ ਨੇ ਤੇ ਇਹ ਤਰੀਕਾ ਬਣਾਇਆ ਵੀ ਇਹ ਜਿਹੜਾ ਵਾ ਸਿਸਟਮ ਜਿਹੜਾ ਵਾ ਉਹ ਫਸਲਾਂ ਖਰਾਬ ਨਾ ਹੋਣ, ਜੀ ਸਾਂਭੀਆਂ ਰਹਿਣ, ਤੇ ਉਹਦੇ ਜੇ ਤੁਸੀਂ ਇਹ ਨਹੀਂ ਤੁਹਾਡਾ ਤੁਹਾਨੂੰ ਸਿਸਟਮ ਨਹੀਂ ਚੰਗਾ, ਤੁਸੀਂ ਦੱਸੋ ਵੀ ਸਾਈਲੋਜ਼ ਨਵੇਂ ਕਿਸ ਤਰ੍ਹਾਂ ਬਣਨਗੇ,
ਨਵੇਂ ਗੋਦਾਮ ਜਿਹੜੇ ਆ ਪ੍ਰਾਈਵੇਟ ਇਨਵੈਸਟਮੈਂਟ ਦੇ ਨਾਲ ਕਿਸ ਤਰ੍ਹਾਂ ਬਣਨਗੇ, ਤੁਸੀਂ ਤਰੀਕਾ ਸਮਝਾ ਦਿਓ। ਨਵੇਂ ਕੋਲਡ ਸਟੋਰ ਕਿਸ ਤਰ੍ਹਾਂ ਬਣਨਗੇ, ਆਪਾਂ ਚਾਹੁੰਦੇ ਹਾਂ ਪ੍ਰੋਸੈਸਿੰਗ ਹਾਊਸ ਇੱਥੇ ਲੱਗਣ, ਇੰਡਸਟਰੀ ਲੱਗੇ, ਕਿਉਂਕਿ ਐਗਰੀਕਲਚਰ ਸਟੇਟ ਆ, ਇੱਥੇ ਰਾ ਮਟੀਰੀਅਲ ਤੇ ਜਿਹੜਾ ਵਾ ਐਗਰੀਕਲਚਰ ਹੀ ਆ ਨਾ, ਉਹਦੇ 'ਚ ਕੋਈ ਆਪਣਾ ਸਬਜ਼ੀਆਂ ਬੀਜ ਲਓ ਜੋਸ਼ੀ ਸਾਹਿਬ, ਇਹ 'ਚ ਚੀਜ਼ਾਂ। ਖਦਸ਼ੇ ਦਰਸ਼ਕਾਂ ਦੇ ਵਿੱਚੋਂ ਕਮੈਂਟਸ ਵੀ ਆਉਂਦੇ, ਖਦਸ਼ਾ ਇਹ ਹੈ ਕਿ ਕੋਈ ਵੀ ਪ੍ਰਾਈਵੇਟ ਸੈਕਟਰ ਆ ਕੇ, ਕੋਈ ਵੀ ਬੰਦਾ ਆ ਕੇ ਸਾਰਾ ਮਾਲ ਖਰੀਦ ਕੇ ਉਹਨੂੰ ਭੰਡਾਰ ਕਰ ਲੂਗਾ, ਬਾਹਰ ਮਾਲ ਦੀ ਕਮੀ ਹੋ ਜੂਗੀ, ਉਹ ਆਪਦੇ ਮਨਮਾਨੀ ਨਾਲ ਜਿਹੜਾ ਹੈਗਾ ਬਾਹਰ ਛੋਟੇ ਪੈਕਟਾਂ 'ਚ ਬਣਾ ਕੇ ਆਪਦੇ ਹਿਸਾਬ ਨਾਲ, ਬਹੁਤ ਜ਼ਿਆਦਾ ਮਹਿੰਗਾਈ ਵੱਧ ਜੂਗੀ ਉਹਨਾਂ, ਇਕੱਲਾ ਕਿਸਾਨ ਹੀ ਨਹੀਂ ਪੂਰੇ ਕੰਜ਼ਿਊਮਰ ਜਿਹੜੇ ਲੋਕ ਹੈ ਉਹ ਵੀ ਪਰੇਸ਼ਾਨ ਹੋ ਜਾਣਗੇ, ਹੱਦ ਤੋਂ ਜ਼ਿਆਦਾ ਮਹਿੰਗਾਈ ਵੱਧ ਜੂਗੀ, ਇਹ ਖਦਸ਼ੇ ਹੈ। ਇਹ 'ਤੇ ਤੁਸੀਂ ਚੱਲਣਾ ਪਾਓ, ਇਹ ਖਦਸ਼ੇ ਬਿਲਕੁਲ ਠੀਕ ਵੀ ਆ, ਖਦਸ਼ੇ ਠੀਕ ਵੀ ਆ, ਪਰ ਇਹ ਆ ਵੀ ਆਪਾਂ ਇਹੀ, ਮੈਂ ਕਿਹਾ ਨਾ ਵੀ ਕਿਸਾਨਾਂ ਨੂੰ ਆਪਾਂ ਇਹ ਕਹੀਏ ਉਹਨਾਂ ਦੇ ਲੀਡਰਸ ਨੂੰ ਵੀ ਤੁਸੀਂ ਦੱਸੋ ਵੀ ਆਪਾਂ ਚਾਹੁੰਦੇ ਹਾਂ ਵੀ ਤੁਸੀਂ ਇਹਨੇ ਆਪਾਂ ਸਾਈਲੋਜ਼ ਕਿਸ ਤਰ੍ਹਾਂ ਬਣਨਗੇ, ਕੋਲਡ ਸਟੋਰ ਕਿਸ ਤਰ੍ਹਾਂ ਬਣਨਗੇ, ਪ੍ਰੋਸੈਸਿੰਗ ਉਹ ਕਿਸ ਤਰ੍ਹਾਂ ਆਉਣਗੇ, ਹੈ ਨਾ। ਜੇ ਇਹ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਐਕਟ ਆ 2020 ਦੇ ਅਮੈਂਡਮੈਂਟ ਦੇ ਵਿੱਚ ਜਿਹੜਾ ਵਾ ਉਹਨੂੰ ਓਪਨ ਕਰਤਾ, ਜਿਹੜਾ ਮਰਜ਼ੀ ਸਟੋਰ ਕਰ ਲਏ, ਪਰ ਕਣਕ ਝੋਨਾ ਤਾਂ ਸਟੋਰ ਨਹੀਂ ਕਰੂਗਾ ਕੋਈ, ਕਿਉਂਕਿ ਇਹ ਜਿਹੜਾ ਵਾ PDF ਦੇ ਵਿੱਚ ਜਾਂਦਾ, ਸਰਕਾਰ ਨੇ 2 ਰੁਪਏ ਚਾਵਲ, 2 ਰੁਪਏ ਕਿਲੋ ਕਣਕ ਇਹ ਤਰ੍ਹਾਂ ਦੇਣੀ, ਇਸ ਕਰਕੇ ਇਹ ਇਹ ਜਿਹੜੀ ਇੰਨੀ ਕੁ ਫਸਲ ਜ਼ਿਆਦਾ ਹੁੰਦੀ ਹੈ ਕੋਈ ਸਟੋਰ ਨਹੀਂ ਕਰ ਸਕਦਾ। ਜੀ 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 ਇਹ ਆ ਵੀ ਬਾਕੀ ਜਿਹੜੀਆਂ ਜਿਸ ਤਰ੍ਹਾਂ ਦਾਲਾਂ ਵਾ ਜਾਂ ਕੋਈ ਆਪਣਾ ਸਰ੍ਹੋਂ ਆ, ਕਿ ਸਰ੍ਹੋਂ ਦਾ ਜਿਹੜਾ ਰੇਟ ਹੈ ਉਹ ਉਸ ਪਿਛਲੇ ਥੋੜ੍ਹਾ ਜਿਹਾ 2-3 ਮਹੀਨੇ ਪਹਿਲਾਂ ਜਿਹੜਾ ਵਾ 4 ਮਹੀਨੇ ਪਹਿਲਾਂ ਉਹ 100 ਰੁਪਏ ਦਾ ਲੀਟਰ ਸੀ, ਹੁਣ 200 ਦਾ ਹੋ ਗਿਆ, ਡਬਲ ਹੋ ਗਿਆ। ਜੀ 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 ਹੁਣ ਕਹਿਣ ਨੂੰ ਇਹ ਕਹੀ ਜਾਂਦੇ ਆ ਵੀ ਸਾਈਲੋ ਜਿਹੜੇ ਪਹਿਲਾਂ ਬਣਾ ਤੇ ਹਡਾਨੀ ਨੇ ਜਾਂ ਬਾਬਾ ਰਾਮਦੇਵ ਨੇ ਉਹ ਜਿਹੜੇ ਬਣਾਏ ਆ, ਉਹਦੇ 'ਚ ਜਿਹੜਾ ਵਾ ਸਰ੍ਹੋਂ ਉਹਨਾਂ ਨੇ ਖਰੀਦ ਲਈ ਆ ਸਾਰੀ, ਅਤੇ ਉਹਨਾਂ ਨੇ ਕਿਸਾਨ ਨੂੰ 1000 ਰੁਪਈਆ ਵੱਧ ਦਿੱਤਾ ਸਰ੍ਹੋਂ ਦਾ, ਬਾਕੀ ਅੱਗੇ ਜਿਹੜਾ ਵਾ ਉਹ ਡਬਲ ਕਰਤਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਫਿਰ ਹਵਾ 'ਚ ਰਿਊਮਰਸ ਹੋਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ, ਡਰ ਕੰਜ਼ਿਊਮਰ 'ਚ ਵੀ ਬੈਠਣਾ ਸ਼ੁਰੂ ਹੋ ਗਿਆ ਜੀ ਨਾ। ਇਸ ਕਰਕੇ ਇਹ ਮੈਂ ਤਾਂ ਸਮਝਦਾ ਵਾਂ ਕਿ ਇਹੀ ਗੱਲ ਹੈ ਵੀ ਆਪਸ ਬੈਠ ਕੇ ਇਹਨੂੰ ਨਵੇਂ ਸਿਰੇ ਉਚਾਰ ਕੇ ਵੀ ਤੁਸੀਂ ਦੱਸੋ ਕਿਸ ਤਰ੍ਹਾਂ ਹੋਣਾ ਚਾਹੀਦਾ, ਰਿਫੋਰਮਸ ਹੋਣੇ ਚਾਹੀਦੇ ਆ, ਪੁਰਾਣਾ ਸਿਸਟਮ ਜਿਹੜਾ ਵਾ ਬਦਲਣਾ ਚਾਹੀਦਾ। ਜੇ 45-50 ਸਾਲ ਤੋਂ ਇੱਕ ਪਹਿਲਾ APMC ਐਕਟ ਜਿਹੜਾ ਚੱਲਦਾ ਪਿਆ ਹਾਲੇ, ਕਿ ਸਰਕਾਰ ਨੇ ਉਹਨੂੰ ਛੇੜ ਨਹੀਂ ਸਕਦੀ ਕਿਉਂਕਿ ਸਟੇਟ ਐਕਟ ਆ, ਸਰਕਾਰ ਨੇ ਤੇ MSP ਦੇਣੀ ਹੈ ਨਾ, ਮਿਨੀਮਮ ਸਪੋਰਟ ਪ੍ਰਾਈਸ, ਤੇ ਉਹ ਜਿਹੜਾ ਵਾ ਸਰਕਾਰ ਨੇ ਕਿਹਾ ਵੀ ਇਹ ਲਾਗੂ ਰਹੂ, ਪਰ ਉਹ ਹੈ 2 ਸਟੇਟਾਂ 'ਚ, ਪੰਜਾਬ ਤੇ ਹਰਿਆਣੇ 'ਚ। ਜੀ 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 ਪਹਿਲਾਂ ਜਦੋਂ ਇੱਥੇ ਬੈਠੇ ਸੀ ਕਿਸਾਨ, ਉਦੋਂ ਤੇ ਮੁੱਦਾ ਸਿਰਫ ਪੰਜਾਬ ਦਾ ਸੀ। ਜੀ ਜੀ ਮੈਂ ਜਿਹੜੀ ਮੇਰੀ ਲੜਾਈ ਸ਼ੁਰੂ ਹੋਈ ਆ ਪਾਰਟੀ ਦੇ ਵਿੱਚ, ਮੈਂ ਇਹੀ ਕਿਹਾ ਵੀ ਉਹ ਟਾਈਮ ਸਹੀ ਟਾਈਮ ਸੀ, ਪੰਜਾਬ ਦੇ ਵਿੱਚ ਮਸਲਾ ਸੀ ਤੇ ਸਿਰਫ ਪੰਜਾਬ ਦੇ ਕਿਸਾਨਾਂ ਦੀ ਜੋ ਡਿਮਾਂਡ ਸੀ ਉਹ ਥੋੜ੍ਹੀ ਜਿਹੀ ਆ ਗਈ ਸੀ। ਜੀ ਜੀ ਤੇ ਉਹ ਸਰਕਾਰ ਜਿਹੜੀ ਆ ਅੱਜ ਕਹਿ ਵੀ ਰਹੀ ਆ, ਪਰ ਹੁਣ ਉਹ ਜਦੋਂ ਜਿਉਂ ਹਰਿਆਣਾ ਰਲਿਆ, ਹਰਿਆਣੇ ਦੇ ਨਾਲ ਯੂਪੀ ਰਲ ਗਿਆ, ਯੂਪੀ ਦੇ ਨਾਲ ਜਿਹੜਾ ਰਾਜਸਥਾਨ ਥੋੜ੍ਹਾ ਬਹੁਤਾ, ਉੱਤਰਾਖੰਡ, ਤੇ ਫਿਰ ਉਹ ਬਾਹਰਲੀ ਬਾਕੀਆਂ ਸਟੇਟਾਂ 'ਚੋਂ ਥੋੜ੍ਹੇ ਥੋੜ੍ਹੇ ਲੀਡਰ ਹੀ ਭਾਵੇਂ ਆਏ ਆ, ਪਰ ਉਹਨਾਂ ਨੇ ਫਿਰ ਡਿਮਾਂਡ ਕਰਤੀ ਵੀ ਸਾਰਾ MSP ਸਾਰੇ ਦੇਸ਼ ਨੂੰ ਦਿਓ ਜੀ। MSP ਸਾਰੇ ਦੇਸ਼ ਨੂੰ ਦੇਣਾ ਸੰਭਵ ਨਹੀਂ, ਕਿਉਂਕਿ 17-18 ਲੱਖ ਕਰੋੜ ਰੁਪਈਆ ਚਾਹੀਦਾ, ਉਹ ਤੇ ਸਰਕਾਰ ਦਾ ਸਾਰਾ ਬਜਟ ਫਿਰ ਇਸੇ ਕੰਮ 'ਚ ਲੱਗ ਜੂਗਾ। ਇਸ ਕਰਕੇ ਇਹ ਸੰਭਵ ਨਹੀਂ ਗਾ, ਉਸ ਟਾਈਮ 'ਤੇ ਪੰਜਾਬ ਦੀ ਡਿਮਾਂਡ ਸੀ, ਸਿਰਫ ਪੰਜਾਬ ਦਾ ਮਸਲਾ ਸੀ, ਅਤੇ ਬਹੁਤ ਥੋੜ੍ਹੇ ਦੇ ਵਿੱਚ ਇੰਸ਼ੋਰੈਂਸ ਦੇ ਕੇ ਇਹ ਮਾਮਲਾ ਨਿਪਟ ਜਾਣਾ ਸੀ ਉਸ ਵਕਤ। ਪਰ ਸਾਡੀ ਲੀਡਰਸ਼ਿਪ ਦੀ ਨੈਗਲੀਜੈਂਸੀ ਜਾਂ ਨਲੈਕੀ ਇਹ ਰਹੀ ਆ, ਅਸੀਂ ਸਟੈਂਡ ਨਹੀਂ ਲੈ ਸਕੇ ਇਹਨਾਂ ਦਾ, ਕਿਸਾਨਾਂ ਦਾ। ਉਦੋਂ ਮੈਂ ਉਸ ਵੇਲੇ ਵੀ ਕਿਹਾ, ਮੈਂ ਦਿੱਲੀ ਖੁਦ ਵੀ ਗਿਆ, ਹੈ ਕਈ ਲੋਕ ਆਉਂਦੇ ਨਾ ਮੈਨੂੰ ਲੇਟ, ਮੈਂ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਬਹੁਤ ਦੇਰ ਪੰਜਾਬ ਪ੍ਰਧਾਨ ਨੂੰ ਕਹਿੰਦਾ ਰਿਹਾ ਵੀ ਸਾਰੇ ਆਪਣਾ MLA ਲੜਦੇ ਤੇ ਹੀ ਸਭ ਨੂੰ ਬੁਲਾਓ, ਸਭ ਦੇ ਰਹਿ ਲਓ, ਇੱਕ ਕੰਸੈਂਸਸ ਬਣਾਈਏ ਅਤੇ ਆਪਾਂ ਸਟੈਂਡ ਲਈਏ ਵੀ ਇਹ ਇੱਥੇ ਹੀ ਮਸਲਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਹੀ ਹੱਲ ਹੋ ਜਾਏ। ਤੇ ਇਹ ਉਸ ਵੇਲੇ ਕੋਈ ਇਗਨੋਰ ਕੀਤਾ ਇਹਨਾਂ ਚੀਜ਼ਾਂ ਨੂੰ, ਉਸ ਵੇਲੇ ਅਸੀਂ ਇਹੋ ਹੀ ਕਹਿੰਦੇ ਰਹੇ ਨਹੀਂ ਜੀ ਚੰਗੇ ਆ, ਚੰਗੇ ਆ, ਚੰਗੇ ਆ, ਅਸੀਂ ਇੱਕੋ ਰੱਟ ਲਾਈ ਰੱਖੀ। ਉਹ ਹੌਲੀ ਹੌਲੀ ਜਿਹੜਾ ਅੱਗੇ ਪਹੁੰਚ ਗਿਆ, ਦਿੱਲੀ ਦੇ ਬਾਰਡਰਾਂ 'ਤੇ ਪਹੁੰਚ ਗਿਆ, ਤਾਕਤ ਵੱਧ ਗਈ, ਲੱਖਾਂ ਲੋਕ ਇਕੱਠੇ ਹੋ ਗਏ, ਅਤੇ ਫਿਰ ਡਿਮਾਂਡਸ ਵੀ ਵੱਧ ਗਈਆਂ। ਇਸ ਕਰਕੇ ਇਹ ਸਮਾਂ ਥੋੜ੍ਹਾ ਅਸੀਂ ਲਗਾਇਆ ਜਿਹੜਾ ਨਾ, ਉਹ ਸਾਰਾ ਨੁਕਸਾਨ ਦੀ ਜੜ ਹੈਗੀ ਆ। ਅਤੇ ਹੁਣ ਤਾਂ ਜਿਹੜੀ ਆ ਸਰਕਾਰ ਦੇ ਲੈਵਲ 'ਤੇ ਰਪੀਲ ਦੀ ਗੱਲ ਉਹ ਕਰਦੇ ਆ, ਪਰ ਫਿਰ ਵੀ ਜੇ ਨਹੀਂ ਰਪੀਲ ਤਾਂ ਬਹਾ ਕੇ ਕਿਸੇ ਨਾ ਕਿਸੇ ਜਗ੍ਹਾ 'ਤੇ ਸੈਟਿਸਫੈਕਸ਼ਨ ਤਾਂ ਕਰਾਉਣੀ ਉਹੀ ਕਰਾਉਣੀ ਪੈਣੀ, ਪਿਛਲਾ ਰਸਤਾ ਨਿਕਲਿਆ ਹੁੰਦਾ। ਜੋਸ਼ੀ ਸਾਹਿਬ, ਆਪਾਂ ਨਾ ਕਿਸਾਨ ਮੁੱਦੇ 'ਤੇ ਕਾਫੀ ਗੱਲ ਕਰ ਲਈ, ਉਸ ਤੋਂ ਬਾਅਦ ਵੀ ਆਵਾਂਗੇ, ਪਰ ਮੇਰਾ ਜਿਹੜਾ ਕੁਐਸਚਨ ਤੁਹਾਡੇ ਤੋਂ ਇਹ ਹੈ ਜੋਸ਼ੀ ਸਾਹਿਬ ਕਿ ਤੁਹਾਡੀ ਪਾਰਟੀ, ਮੈਂ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਰਿਹਾ ਜੋ ਸਾਹਿਬ, ਕਿ ਹੱਲੇ ਵੀ ਜਿੱਦਾਂ ਤੁਸੀਂ, ਮੈਂ ਅਕਾਲੀਆ ਜੀ ਨਾਲ ਗੱਲ ਕਰ ਰਿਹਾ ਸੀ ਉਸ ਦਿਨ, ਆਪਣੇ ਲਈ ਸਾਰੇ ਮਾਣਯੋਗ ਨੇ, ਔਰ ਮੈਂ ਤੁਹਾਨੂੰ ਇਸ ਮੰਚ ਤੋਂ ਅਸੀਂ ਨਿਖੇਧੀ ਕੀਤੀ ਸੀ ਜੋ ਕੁਛ ਵੀ ਵਾਪਰਿਆ ਮਲੋਟ ਦੇ ਵਿੱਚ ਸ਼੍ਰੀ ਅਰੁਣ ਨਾਰੰਗ ਜੀ ਨਾਲ, ਉਹ ਨਹੀਂ ਹੋਣਾ ਚਾਹੀਦਾ, ਬਹੁਤ ਮਾੜੀ ਗੱਲ ਹੈ, ਅਸੀਂ ਇਸ ਮੰਚ ਤੋਂ ਰੱਜ ਕੇ ਨਿਖੇਧੀ ਕੀਤੀ ਸੀ, ਪਰ ਹੱਲੇ ਵੀ ਜਿਹੜੇ ਵਿਚਾਰ ਹੈ ਜਿਹੜੇ ਤੁਹਾਡੇ ਆ ਹੋਰ ਤਰ੍ਹਾਂ ਦੇ ਖੁੱਲ੍ਹ ਕੇ ਆ ਰਹੇ ਆ, 2022 ਇੱਕਦਮ ਸਿਰ 'ਤੇ ਹੈ, ਅਤੇ ਤੁਹਾਡੇ ਜਿਹੜੇ BJP ਦੇ ਲੀਡਰ ਨੇ ਪੰਜਾਬ ਦੇ, ਉਹ ਹੱਲੇ ਵੀ ਪ੍ਰੋ ਰੂਲਸ ਨੇ ਕਿ ਆ ਬਹੁਤ ਚੰਗੇ ਨੇ,
ਉੱਧਰ ਕਿਸਾਨਾਂ ਦਾ ਕੁਛ ਗੁੱਸਾ ਹੋਰ ਵਧੀ ਜਾਂਦਾ ਆ, ਮਤਲਬ ਇੱਕ ਦੂਜੇ ਨਾਲ ਸਿੱਧੇ ਭੇਡ ਦੇ ਵਿੱਚ ਆ, ਤੇ ਉਹ 2022 ਦੇ ਵਿੱਚ ਧਰਾਤਲ ਤੇ ਕਿੱਦਾਂ ਜਾਣਗੇ ਭਾਰਤੀ ਜਨਤਾ ਪਾਰਟੀ ਨੇਤਾ? ਦੇਖੋ ਜਿਹੜੀ ਇਹ ਕਈ ਵਾਰੀ ਕਹਿੰਦੇ ਆ ਨਾ ਆਪਾਂ 117 ਸੀਟਾਂ ਲੜਾਵਾਂਗੇ ਆਪਾਂ ਸਰਕਾਰ, ਮੈਂ ਸਭ ਤੋਂ ਹਾਸੋਹੀਣੀ ਗੱਲ ਮੈਨੂੰ ਇਹ ਲੱਗਦੀ ਆ। ਅਸਲ ਦੇ ਵਿੱਚ ਇਹਦੇ 'ਚ ਭਾਸ਼ਾ ਨੇ ਸਾਡੀ ਨੇ ਬਹੁਤ ਕੰਮ ਖਰਾਬ ਕੀਤਾ। ਕੁਛ ਸਾਡੇ ਨੇਤਾਵਾਂ ਨੇ ਜਾ ਕੇ ਦਿੱਲੀ, ਜਿਨ੍ਹਾਂ ਦੀ ਗੱਲਬਾਤ ਚੱਲੀ, ਉਹਨਾਂ ਨੇ ਉੱਥੋਂ ਭਾਸ਼ਾ ਜਿਹੜੀ ਯੂਜ਼ ਕੀਤੀ ਆ ਨਾ, ਉਹਨੇ ਮੈਂ ਪਹਿਲਾਂ ਕਿਹਾ ਬਲਦੀ 'ਤੇ ਤੇਲ ਪਾਇਆ। ਉਹਨੇ ਕਿਸਾਨਾਂ ਨੂੰ ਇਰੀਟੇਟ ਕੀਤਾ, ਕਿਸਾਨਾਂ ਦਾ ਗੁੱਸਾ ਹੋਰ ਭੜਕਾਇਆ। ਉਹੀ ਗੁੱਸਾ ਜਿਹੜਾ ਵਾ ਉਹ ਫਿਰ ਜਿਸ ਤਰ੍ਹਾਂ ਸਾਡੇ ਉਹ MLA ਤੇ ਅਬੋਹਰ ਵਾਲੇ ਦੇ ਉੱਤੇ ਲੱਥਾ, ਉਹਦੇ ਸਾਰੇ ਕੱਪੜੇ, ਉਹ ਸਭ ਤੋਂ ਮਾੜੀ ਗੱਲ ਸੀ। ਬਹੁਤ ਮਾੜੀ ਗੱਲ। ਮੈਂ ਇਹੀ ਇਹਨਾਂ ਨੂੰ ਕਿਹਾ ਵੀ ਅਸੀਂ ਪੰਜਾਬ ਦੇ ਵਿੱਚ ਪੋਲੀਟਿਕਸ ਕਰਨੀ ਆ, ਅਸੀਂ ਪੰਜਾਬ 'ਚ ਰਹਿਣਾ, ਪੰਜਾਬ 'ਚ ਪੋਲੀਟਿਕਸ ਕਰਨੀ, ਅਸੀਂ ਪੰਜਾਬ ਦੇ ਵਿੱਚ ਹੀ ਸਾਡਾ ਭਾਈਚਾਰਾ, ਪੰਜਾਬ ਸਾਡਾ ਵਪਾਰ, ਵਪਾਰ ਸਾਰਾ ਸਾਡਾ ਕਿਸਾਨਾਂ ਨਾਲ ਆ। ਜੀ 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 ਜੋਸ਼ੀ ਜੀ, ਆਪਣੇ ਨਾਲ ਇੱਕ ਕਾਲਰ ਜੁੜ ਗਏ ਲੈ ਕੇ ਆਪਾਂ ਜੀ। ਮੁਖਤਿਆਰ ਸਿੰਘ ਜੀ, ਤੁਸੀਂ ਆਨਲਾਈਨ ਆਓ ਜੀ, ਆਪਣੇ ਨਾਲ ਜੋਸ਼ ਸਾਹਿਬ ਜੁੜੇ, ਕੀ ਕੁਐਸਚਨ ਹੈ? ਬਹੁਤ ਬਹੁਤ ਸਵਾਗਤ ਤੁਹਾਡਾ ਕਾਲ ਕਰਨ ਦਾ। ਹਾਂਜੀ, ਕੁਐਸਚਨ ਤੇ ਸਿਰਫ ਉਹਨਾਂ ਦਾ ਧੰਨਵਾਦ ਕਰਨਾ ਵੀ ਉਹਨਾਂ ਨੇ ਬਹੁਤ ਵਧੀਆ ਜੀ ਮੁੱਦਾ ਚੁੱਕਿਆ ਪੰਜਾਬ ਵਾਸਤੇ ਜੀ, ਤੇ ਜੋਸ਼ੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਤੇ ਅਸੀਂ ਉਹਨਾਂ ਦਾ ਐਪਰੀਸ਼ੀਏਟ ਕਰਦੇ ਹਾਂ ਤੇ ਇਹਨਾਂ ਦੇ ਨਾਲ ਆ ਗਏ ਜੀ। ਜੀ ਜੀ ਜੀ, ਧੰਨਵਾਦ ਤੁਹਾਡਾ ਮੁਖਤਿਆਰ ਸਿੰਘ ਜੀ। ਕੋਈ ਕੁਐਸਚਨ ਹੈ ਤਾਂ ਦੱਸੋ। ਪਿੱਛੋਂ ਕਿੱਥੋਂ ਆ ਜੀ ਮੁਖਤਿਆਰ ਸਿੰਘ ਜੀ? ਇਹੀ ਕੁਐਸਚਨ ਜੀ, ਧੰਨਵਾਦ ਜੀ ਕਰਦੇ ਹਾਂ ਦੱਸ ਦਿਓ। ਇਹ ਪੁੱਛ ਜੋਸ਼ੀ ਸਾਹਿਬ ਪੁੱਛ ਰਹੇ, ਤੁਸੀਂ ਕਿੱਥੋਂ ਆ ਜੀ ਪਿੱਛੋਂ? ਮੈਂ ਅੰਮ੍ਰਿਤਸਰ ਤੋਂ ਆ ਜੀ ਪਿੱਛੋਂ। ਅੱਛਾ ਅੱਛਾ, ਚਲੋ ਅੰਮ੍ਰਿਤਸਰ ਤੋਂ ਆ ਜੀ। ਅੰਮ੍ਰਿਤਸਰ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਧੰਨਵਾਦ ਮੁਖਤਿਆਰ ਸਿੰਘ। ਧੰਨਵਾਦ ਜੀ ਮੁਖਤਿਆਰ ਜੀ, ਥੈਂਕ ਯੂ ਜੀ। ਜੋਸ਼ੀ ਸਾਹਿਬ, ਆਪਾਂ ਉਸੇ ਗੱਲ ਤੇ ਆਉਣੇ ਕਿ ਤੁਸੀਂ ਕੀ ਲੈ ਕੇ ਜਾਣਗੇ? ਹਾਂਜੀ ਹਾਂਜੀ ਹਾਂਜੀ, ਮੈਂ ਅੱਗੇ ਵਧਾਉਣਾ। ਮੈਂ ਇਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਸਾਨੂੰ ਘੱਟ ਤੋਂ ਘੱਟ ਆਪਾਂ ਜੇ ਸਾਰਾ ਕੁਛ ਸਾਡਾ ਇੱਥੇ ਆ, ਰਾਜਨੀਤੀ ਇੱਥੇ ਕਰਨੀ ਹੈ, ਸਾਨੂੰ ਕਿਸਾਨਾਂ ਦਾ ਦਿਲ ਜਿੱਤਣਾ ਬਹੁਤ ਜ਼ਰੂਰੀ ਆ। ਫਿਰ ਕਿਸਾਨਾਂ ਦਾ ਇਕੱਲਾ ਮੁੱਦਾ ਨਹੀਂ ਗਾ, ਆੜ੍ਹਤੀਆਂ ਦਾ ਮੁੱਦਾ, ਆੜ੍ਹਤੀਆਂ ਦਾ, ਸ਼ੈਲਰ ਮਾਲਕਾਂ ਦਾ ਮੁੱਦਾ, ਛੋਟੇ ਦੁਕਾਨਦਾਰਾਂ, ਕਿਉਂਕਿ 1.5 ਸਾਲ ਤੋਂ ਇੱਕ ਉਬੜ ਦਾ ਦੌਰ ਚੱਲ ਰਿਹਾ ਤੇ 1.5 ਸਾਲ ਤੋਂ ਲੋਕਾਂ ਦੀ ਜਿਹੜੀ ਆ ਮਹਿੰਗਾਈ ਜਿਹੜੀ ਆ ਉਹ ਡਬਲ ਹੋ ਗਈ ਆ ਤੇ ਲੋਕਾਂ ਦੀ ਆਮਦਨ ਅੱਧੀ ਹੋ ਗਈ ਆ ਜੀ ਜੀ। ਸਾਨੂੰ ਉਹ ਵੀ ਮੁੱਦਾ ਹੈ ਨਾ, ਸਾਨੂੰ ਜੇ ਅਸੀਂ ਪੰਜਾਬ ਦੇ ਮੁੱਦੇ ਨਹੀਂ ਉਠਾਵਾਂਗੇ, ਪੰਜਾਬ ਦੇ ਮੁੱਦੇ ਅਸੀਂ ਨਹੀਂ ਉਠਾਵਾਂਗੇ ਤੇ ਫਿਰ ਮੈਂ ਕਿਹਾ ਸਾਨੂੰ ਵੋਟ ਕੌਣ ਪਾਊਗਾ? ਜੀ 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 ਜੀ, ਇਸ ਕਰਕੇ ਆਪਾਂ ਨੰਬਰ 1 ਤੇ ਆਪਾਂ ਕਿਸਾਨਾਂ ਦੇ ਪ੍ਰਤੀ ਸਵਾਰਥ ਪਿਆਰ ਵਾਲੀ ਭਾਸ਼ਾ, ਉਹਨਾਂ ਦਾ ਵਿਸ਼ਵਾਸ ਜਿੱਤਣ ਵਾਲੀ ਗੱਲ ਕਰੀਏ ਤੇ ਉਹ ਇੱਕੋ ਹੀ ਗੱਲ ਆ ਕਿ ਪੰਜਾਬ ਦਾ ਯੂਨਿਟ ਜਿਹੜਾ ਵਾ ਉਹ ਕਿਸਾਨਾਂ ਨੂੰ ਕਹੇ ਅਸੀਂ ਤੁਹਾਡੇ ਨਾਲ ਆ ਜੀ ਜੀ, ਅਸੀਂ ਤੁਹਾਡੇ ਨਾਲ ਦਿੱਲੀ ਚੱਲਦੇ ਹਾਂ, ਅਸੀਂ ਤੁਹਾਡਾ ਮਸਲਾ ਹੱਲ ਕਰਾਵਾਂਗੇ, ਅਸੀਂ ਕਨਵਿੰਸ ਕਰਾਂਗੇ ਸਰਕਾਰ ਨੂੰ ਵੀ ਹੋਰ ਨੇੜੇ ਲਿਆਓ, ਹੋਰ ਦੁਬਾਰਾ ਬੁਲਾਓ, ਜਿੰਨੀ ਵੱਧ ਤੋਂ ਵੱਧ ਗੱਲਬਾਤ ਹੋ ਸਕਦੀ ਹੈ ਤੇ ਸਾਡਾ ਇਨੀਸ਼ੀਏਟਿਵ ਦਿਸਣਾ ਚਾਹੀਦਾ ਜੀ ਜੀ। ਕਹਿੰਦੇ ਆ ਨਾ ਆਪਾਂ ਗੱਲ ਕੀਤੀ, ਆਹ ਕੀਤਾ, ਜੇ ਕੀਤਾ, 11 ਦੌਰ ਦੀ ਗੱਲ ਹੋਈ ਜਿਹੜੀ ਉਹ ਸਿੱਧੀ ਕਿਸਾਨਾਂ ਦੇ ਸੈਂਟਰ 'ਚ ਹੋਈ ਆ, ਪੰਜਾਬ ਦਾ ਉਹਦੇ 'ਚ ਯੂਨਿਟ ਦਾ ਕੋਈ ਰੋਲ ਨਹੀਂ, ਸਾਡੇ ਪ੍ਰਧਾਨ ਦਾ ਇਹਦੇ 'ਚ 0 ਰੋਲ। ਮੈਂ ਇਹਨਾਂ ਨੂੰ ਕਿਹਾ ਨਾ ਸਾਰੇ ਪੰਜਾਬ ਦੀ ਲੀਡਰਸ਼ਿਪ ਨੂੰ ਬੁਲਾਓ, 23 MLA ਲੜਦੇ ਆ, ਬਾਕੀ ਸਾਰੇ ਲੀਡਰ ਆ, 50-60 ਲੋਕ ਹੋਣਗੇ, 50-60 ਨੂੰ ਲੈ ਜੋ ਸਰ, ਅਖੀਰ ਨੂੰ ਤਾਂ ਖੁੱਲ੍ਹ ਕੇ ਵਿੱਚ ਆਉਣਾ ਪੈਣਾ ਨਾ, ਜੇ ਇਲੈਕਸ਼ਨ 'ਚ ਜਾਣਾ ਤਾਂ ਖੁੱਲ੍ਹ ਕੇ ਆਉਣਾ ਪੈਣਾ। ਹਾਂਜੀ ਹਾਂਜੀ, ਅਸੀਂ ਅੰਦਰੋਂ ਵਰਚੁਅਲ ਮੀਟਿੰਗਾਂ ਕਰੀ ਜਾਂਦੇ ਹਾਂ, ਵਰਚੁਅਲ ਮੀਟਿੰਗ ਕਰਕੇ ਅਸੀਂ ਇਲੈਕਸ਼ਨ ਲੜ ਲਾਂਗੇ, ਜਿੱਥੇ ਸਾਡਾ ਬੰਦਾ ਜਾਂਦਾ ਕੋਈ ਉੱਥੇ ਘੇਰਾ ਪੈ ਜਾਂਦਾ। ਹਾਂਜੀ, ਆਪਾਂ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ, ਛੋਟੀ ਜਿਹੀ ਬ੍ਰੇਕ ਤੋਂ ਆਉਂਦੇ ਹਾਂ, ਦਰਸ਼ਕੋ ਸਾਡੇ ਨਾਲ ਬਣੇ ਨੇ ਮਾਨਯੋਗ ਅਨਿਲ ਜੋਸ਼ੀ ਜੀ, ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਜੀ। ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਅਨਿਲ ਜੋਸ਼ੀ ਜੀ। ਜੋਸ਼ੀ ਜੀ, ਆਪਾਂ ਗੱਲ ਕਰ ਰਹੇ ਸੀਗੇ ਤੁਹਾਡਾ, ਜੋਸ਼ੀ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਆ 3 ਜਿਹੜੇ ਕਾਨੂੰਨੀ ਬਿੱਲ ਨੇ ਉਹਨਾਂ 'ਤੇ ਤੁਸੀਂ ਕਾਫੀ ਕਰਤਾ ਆਪਣੇ ਨੇ, ਕਾਲਰ ਜੁੜ ਕੇ ਲੈ ਕੇ ਅੱਗੇ ਵੱਧਦੇ ਹਾਂ ਜੀ। ਤੁਸੀਂ ਆਨ ਏਅਰ ਹੋ, ਕੌਣ ਸਾਹਿਬ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ? ਹੈਲੋ ਜੀ, ਤੁਸੀਂ ਆਨ ਏਅਰ ਹੋ ਜੀ, ਕੌਣ ਸਾਹਿਬ ਬੋਲ ਰਹੇ ਹੋ? ਅਕਾਲੀ ਬੀਜੇਪੀ ਦੀ ਗੌਰਮੈਂਟ 'ਚ ਇਹਨਾਂ ਦਾ ਬਹੁਤ ਵਧੀਆ ਸਟੈਂਡ ਆ, ਸਾਰੇ ਜਿੰਨੇ ਅਮੈਰੀਕਨ ਪੰਜਾਬੀ ਕਹਿ ਸਕਦੇ, ਸਾਰੇ ਪੰਜਾਬੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ, ਕਾਮਨ ਸੈਂਸ ਸਟੈਂਡ ਆ ਬੀਜੇਪੀ ਦਾ, ਔਰ ਪੋਲੀਟੀਕਲੀ ਵੀ ਬਹੁਤ ਵਧੀਆ ਇਹਨਾਂ ਲਈ ਗੱਲ ਆ। ਪਰ ਦੇਖੋ, ਸਾਡੀ ਤਰਾਸਦੀ ਇਹ ਆ ਗੁਰਲਾਲ ਜੀ, ਜਿੰਨਾ ਸਾਡਾ ਪੋਲੀਟੀਕਲ ਸਿਸਟਮ ਆ ਨਾ ਇੰਡੀਆ ਵਿੱਚ, ਕੋਈ ਵੀ ਸੱਚੀ ਗੱਲ ਦੱਸਣ ਲਈ ਹਾਈ ਕਮਾਂਡ ਨੂੰ, ਚਾਹੇ ਉਹ ਬੀਜੇਪੀ ਆ ਚਾਹੇ ਉਹ ਕਾਂਗਰਸ ਆ,
ਦੇਖੋ ਇਹਨਾਂ ਨੇ ਕਿੰਨੀ ਵਧੀਆ ਗੱਲ ਕੀਤੀ ਵੀ ਇਹਨਾਂ ਨੇ ਪੋਲਿਟਿਕਸ ਤਾਂ ਪੰਜਾਬ ਚ ਕਰਨੀ ਹੈ ਨਾ ਜੀ 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 ਤੇ ਇਹਨਾਂ ਨੂੰ ਮੈਂ ਇਦਾਂ ਹੀ ਐਪਰੀਸ਼ੀਏਟ ਕਰਦਾ ਕੀ ਸਟੈਂਡ ਲੈਣਾ ਚਾਹੀਦਾ ਲੋਕੀ ਇਹਨਾਂ ਨੂੰ ਫੋਲੋ ਕਰਨਗੇ ਹੀ ਇਜ਼ ਦੀ ਰੀਅਲ ਲੀਡਰ ਦੈਟਸ ਮਾਈ ਕਮੈਂਟ ਓਕੇ ਥੈਂਕ ਯੂ ਜੋਸ਼ੀ ਸਾਹਿਬ ਅਸੀਂ ਪਿੱਛੋਂ ਨਕੋਦਰ ਤੋਂ ਆ ਤੁਹਾਨੂੰ ਫੋਲੋ ਕਰਦੇ ਹਾਂ ਗੁੱਡ ਲੱਕ ਥੈਂਕ ਯੂ ਰਮੇਸ਼ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋਸ਼ੀ ਜੀ ਮੇਰਾ ਹੁਣ ਆਪਾਂ ਉਹ ਕਾਨੂੰਨਾਂ ਕਿਉਂਕਿ ਟਾਈਮ ਥੋੜ੍ਹਾ ਰਹਿ ਰਿਹਾ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਆ ਕਿ ਆਪਣਾ ਜਿਹੜੇ BJP ਲੀਡਰਾਂ ਦੀ ਵੀ ਗੱਲ ਕਰ ਲਈ ਗੱਲ ਹੈਗੀ ਆ ਕਿ ਤਿੰਨ ਚਾਰ ਸ਼ਖਸੀਅਤਾਂ ਨੇ ਪੰਜਾਬ 'ਚ ਹੁਣ ਚਾਰ ਪੰਜ ਵੀ ਜਿਨ੍ਹਾਂ 'ਤੇ ਕੋਈ ਦਾਗ ਨਹੀਂ ਹੈ ਪਰ ਉਹ ਕਿਸੇ ਪਾਰਟੀ ਦੇ ਵਿੱਚ ਜਿੱਦਾਂ ਤੁਸੀਂ ਹੁਣ ਸਟੈਂਡ ਲਿਆ ਪਰਮਾਤਮਾ ਤੁਹਾਨੂੰ ਜੋ ਵੀ ਆ ਤਰੱਕੀਆਂ ਦਿੰਦਾ ਰਹੇ ਅੱਗੇ ਤੁਸੀਂ ਕੰਮ ਕਰਦੇ ਰਹੋ ਤੁਹਾਡੇ ਨਾਲ ਦਾ ਇੱਕ ਸਾਥੀ ਸੀਗਾ ਤੁਹਾਡੇ ਗੁਰੂ ਸੇਮ ਨੇ ਸ਼੍ਰੀ ਅਰੁਣ ਜੇਟਲੀ ਜੀ ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਵਾਸਾ ਦੇਵੇ ਮਹਿਰੂਮ ਅਰੁਣ ਜੇਟਲੀ ਜੀ ਤੁਹਾਡੇ ਨਾਲ ਦਾ ਸਾਥੀ ਹੈ ਬੰਦਾ ਗਿਆ ਤਾਂ ਪਟਿਆਲੇ ਤੋਂ ਸੈਲੈਬ੍ਰਿਟੀ ਵੀ ਆ ਹੁਣ ਤੁਹਾਡੇ ਏਰੀਏ ਦੇ ਵਿੱਚ ਆ ਦਾਗ ਨਹੀਂ ਹੈ ਦਾਮਨ 'ਤੇ ਕਿਸੇ ਵੀ ਤਰ੍ਹਾਂ ਦਾ ਐਜ਼ ਫਾਰ ਐਜ਼ ਜਿੰਨਾ ਕੁ ਸਾਨੂੰ ਪਤਾ ਤੁਸੀਂ ਵੀ ਸੱਚ ਬੋਲ ਰਹੇ ਹੋ ਤੁਹਾਡੀ ਵੀ ਵਿਰੋਧਤਾ ਹੋ ਰਹੀ ਆ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਚਲ ਗਿਆ ਮੇਰੇ ਕਹਿਣ ਤੋਂ ਪਾ ਮਾਣਯੋਗ ਨਵਜੋਤ ਸਿੰਘ ਸਿੱਧੂ ਉੱਥੇ ਵੀ ਕੋਈ ਗੱਲ ਨਹੀਂ ਬਣ ਰਹੀ ਕੀ ਕਾਰਨ ਆ ਕਿ ਇਹ ਸਾਰੇ ਜਿਹੜੇ ਸੱਚ ਬੋਲਦੇ ਨੇਤਾ ਉਹ ਕਿਤੇ ਨਾ ਕਿਤੇ ਘਰੇ ਬੈਠੇ ਰਹਿ ਜਾਂਦੇ ਆ ਪਾਰਟੀਆਂ ਅੱਗੇ ਨਿਕਲ ਜਾਂਦੀਆਂ ਨਹੀਂ ਐਸੀ ਗੱਲ ਨਹੀਂ ਹੈ ਗੁਰਲਾਲ ਜੀ ਜੀ ਮੈਨੂੰ ਪਾਰਟੀ ਨੇ ਤਿੰਨ ਵਾਰੀ ਮੈਂ ਇਲੈਕਸ਼ਨ ਲੜੀ ਹੈ ਮੈਨੂੰ ਮੌਕਾ ਦਿੱਤਾ ਪਾਰਟੀ ਨੇ ਮਨਿਸਟਰ ਦਾ ਜੀ ਮੈਂ 2012 ਤੋਂ 17 ਤੱਕ ਮਨਿਸਟਰ ਰਿਹਾ ਜੀ ਪਰ ਤੁਸੀਂ ਜੇ ਅੰਮ੍ਰਿਤਸਰ ਨੂੰ ਜਾਣਦੇ ਜੇ ਜਾਂ ਅੰਮ੍ਰਿਤਸਰ 'ਚੋਂ ਜਿਹੜਾ ਕੋਈ ਕਾਲਰ ਜੁੜੂਗਾ ਜਾਂ ਕੋਈ ਵੈਸੇ ਤੁਸੀਂ ਕਦੀ ਵੀ ਅੰਮ੍ਰਿਤਸਰ ਫੋਨ ਕਰਿਓ ਜੀ ਜੀ ਮੇਰਾ ਕੰਮ ਬੋਲੂਗਾ ਹਰ ਸੜਕ ਦੇ ਉੱਤੇ ਹਰ ਗਲੀ ਤੇ ਅਸੀਂ ਆਪਣੇ ਟਾਈਮ ਦੇ ਉੱਤੇ ਹੈਰੀਟੇਜ ਸਟਰੀਟ ਬਣਾਈ ਮੇਰੇ ਟਾਈਮ ਦੇ ਉੱਤੇ ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਸੀ ਹਾਂਜੀ ਇੱਕ ਗੁਣਾ ਟੂਰਿਸਟ ਵਧਿਆ ਜੀ 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 ਡਾਕਟਰ ਪੰਨੂ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਪ੍ਰੋਗਰਾਮ 'ਚ ਜੋਸ਼ੀ ਸਾਹਿਬ ਆਪਣੇ ਨਾਲ ਬਣੇ ਹੋਏ ਨੇ ਜੀ ਬਹੁਤ ਬਹੁਤ ਧੰਨਵਾਦ ਜੋਸ਼ੀ ਸਾਹਿਬ ਨੂੰ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕਿਸਾਨ ਸੰਘਰਸ਼ ਨੂੰ ਟੋਟਲੀਟੀ ਦੇਖਦੇ ਹੋਏ ਵਾਪਰਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਸ ਕਿਸਾਨੀ ਦੀ ਭਾਰਤ ਦੀ ਕਿਸਾਨੀ ਦੀ ਆਰਥਿਕ ਹਾਲਤ ਦਾ ਕੀ ਭਵਿੱਖ ਨਜ਼ਰ ਆਉਂਦਾ ਇਹਨਾਂ ਨੂੰ ਜੀ 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 ਬਹੁਤ ਬਹੁਤ ਧੰਨਵਾਦ ਡਾਕਟਰ ਪੰਨੂ ਤੁਸੀਂ ਕਾਲ ਕੀਤੀ ਸੁਣੋ ਆਨਸਰ ਸੁਣੋ ਜੀ ਜੋਸ਼ੀ ਸਾਹਿਬ ਉਹਨਾਂ ਦਾ ਕੁਐਸਚਨ ਹੈ ਕਿ ਮੈਂ ਪੰਨੂ ਸਾਹਿਬ ਦਾ ਹਾਂ ਜਵਾਬ ਦਿੰਦਾ ਮੈਂ ਵੇਖ ਦੇਖੋ ਸਰਕਾਰ ਦੀਆਂ ਕੋਸ਼ਿਸ਼ਾਂ ਮੈਂ ਪਹਿਲਾਂ ਵੀ ਕਈ ਵਾਰੀ ਤੁਸੀਂ ਮੇਰੀ ਇੰਟਰਵਿਊ ਦੇਖੀ ਹੋਊਗੀ ਤਾਂ ਮੈਂ ਕਿਹਾ ਵੀ ਕੋਈ ਵੀ ਸਰਕਾਰ ਜਿਹੜੀ ਹੈ ਨਾ ਕੋਈ ਐਕਟ ਲੈ ਕੇ ਆਉਂਦੀ ਹੈ ਕੋਈ ਕਾਨੂੰਨ ਲੈ ਕੇ ਆਉਂਦੀ ਹੈ ਕਦੀ ਇਹ ਸੋਚ ਕੇ ਨਹੀਂ ਲੈ ਕੇ ਆਉਂਦੀ ਵੀ ਜਿਸ ਕਮਿਊਨਿਟੀ ਜਿਸ ਵਰਗ ਵਾਸਤੇ ਕਾਨੂੰਨ ਅਸੀਂ ਬਣਾਇਆ ਵਾ ਉਹਨਾਂ ਦਾ ਇਹਦੇ ਨਾਲ ਨੁਕਸਾਨ ਹੋ ਜੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਵਾ ਨਾ ਉਹ ਕਾਨੂੰਨ ਬਣਾਉਂਦੀਆਂ ਵਾ ਕਿ ਇਹਦੇ ਨਾਲ ਦੇਸ਼ ਦਾ ਵੀ ਭਲਾ ਹੋਵੇ ਤੇ ਲੋਕਾਂ ਦਾ ਵੀ ਭਲਾ ਹੋਵੇ ਬਾਈ ਚਾਂਸ ਕਈ ਵਾਰੀ ਜਦੋਂ ਲਾਗੂ ਹੁੰਦੇ ਆ ਉਦੋਂ ਖਦਸ਼ੇ ਹੁੰਦੇ ਆ ਕਈ ਮੁਸ਼ਕਲਾਂ ਆਉਂਦੀਆਂ ਉਹਦੇ 'ਚ ਨਵਾਂ ਕਾਨੂੰਨ ਜਦੋਂ ਨਵਾਂ ਸਿਸਟਮ ਹੁੰਦਾ ਜੀ 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 ਇਹ ਤੇ ਆਪਣਾ ਗੁਰਲਾਲ ਜੀ ਫਿਰ ਨਾ ਆਪਣੇ ਕੋਲ ਜਵਾਬ ਦਿੱਤਾ ਨਹੀਂ ਜਾਂਦਾ ਪੂਰਾ ਗੱਲ ਅਧੂਰੀ ਰਹਿ ਜਾਂਦੀ ਹੈ ਨਹੀਂ ਨਹੀਂ ਤੁਸੀਂ ਜਾਰੀ ਰੱਖੋ ਆਵਾਜ਼ ਬਹੁਤ ਆਉਂਦੀ ਹੈ ਨਾ ਆਵਾਜ਼ ਬਹੁਤ ਆਉਂਦੀ ਹੈ ਹਾਂਜੀ ਸਾਇਲੈਂਟ ਕਰ ਦਿਓ ਹਾਂਜੀ ਅੱਛਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਦੋਂ ਕਾਨੂੰਨ ਕੋਈ ਆਉਂਦਾ ਨਾ ਉਦੋਂ ਅਮੈਂਡਮੈਂਟਸ ਹੁੰਦੀਆਂ ਜਿਹੜੀ ਕੋਈ ਮੁਸ਼ਕਲ ਆਉਂਦੀ ਹੈ ਉਹਦੇ 'ਚ ਬਾਈ ਚਾਂਸ ਇਹ ਕਾਨੂੰਨ ਜਿਹੜੇ ਆ ਨਾ ਉਹ ਆਉਣ ਤੋਂ ਪਹਿਲਾਂ ਹੀ ਤੇ ਇਹਨਾਂ ਦਾ ਰੌਲਾ ਪੈ ਗਿਆ ਆਪਣੇ ਜਦੋਂ ਆਰਡੀਨੈਂਸ ਆਏ ਫਿਰ ਐਕਟ ਬਣਿਆ ਤੇ ਧਰਨੇ ਸ਼ੁਰੂ ਹੋ ਗਏ ਇਹ ਲਾਗੂ ਨਹੀਂ ਹੋਏ ਸਰਕਾਰ ਦੀ ਕੋਈ ਮੰਸ਼ਾ ਇਹ ਨਹੀਂ ਹੋਊਗੀ ਵੀ ਇਹਦੇ ਨਾਲ ਕਿਸਾਨਾਂ ਦਾ ਨਾਸ ਹੋ ਜੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋ ਜਾਣ ਕਿਸਾਨ ਜਿਹੜੇ ਆ ਉਹ ਵਿਹਲੇ ਹੋ ਜਾਣ ਤੇ ਇਹ ਇਸ ਕਰਕੇ ਰਿਫੋਰਮਸ ਜ਼ਰੂਰੀ ਆ ਰਿਫੋਰਮ ਜ਼ਰੂਰ ਜਿੰਨਾ ਚਿਰ ਕਿਸੇ 'ਚ ਇਨਵੈਸਟਮੈਂਟ ਨਹੀਂ ਆਉਂਦੀ ਕਿਸੇ ਫੀਲਡ 'ਚ ਉਹਦੀ ਤਰੱਕੀ ਨਹੀਂ ਹੋ ਸਕਦੀ ਜੀ 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 ਜਿੰਨਾ ਚਿਰ ਨਵੀਂ ਟੈਕਨਾਲੋਜੀ ਜਾਂ ਟੈਕਨਾਲੋਜੀ ਨਹੀਂ ਆਉਂਦੀ ਉਹਦੀ ਤਰੱਕੀ ਨਹੀਂ ਹੋ ਸਕਦੀ ਇਹ ਸਾਰੇ ਕਾਨੂੰਨ ਇਸੇ ਕਰਕੇ ਬਣੇ ਇਹਦੇ 'ਚ ਨਵੀਂ ਟੈਕਨਾਲੋਜੀ ਆਵੇ ਇਹਦੇ 'ਚ ਨਵੇਂ ਜਿਹੜੇ ਆ ਪ੍ਰੋਸੈਸਿੰਗ ਹਾਊਸ ਬਣਨ ਨਵੀਂ ਟੈਕਨਾਲੋਜੀ ਦੇ ਨਾਲ ਫਸਲਾਂ ਹੋਣ ਹਨਾ ਤੇ ਲੋਕਾਂ ਦੀ ਆਮਦਨ ਵਧੇ ਜੀ ਜੀ ਆਪਾਂ ਡਾਇਵਰਸੀਫਿਕੇਸ਼ਨ 'ਚ ਜਾਈਏ ਝੋਨਾ ਕਣਕ ਪੈਦਾ ਕਰੀ ਜਾਂਦੇ ਹਾਂ ਪਾਣੀ ਥੱਲਿਓ ਖਤਮ ਹੋਈ ਜਾਂਦਾ ਪੰਜਾਬ ਦਾ ਪਾਣੀ ਤੇ ਬਿਲਕੁਲ ਤੁਹਾਡੇ ਸਾਹਮਣੇ ਆ ਕਿੱਥੇ ਬੋਰ 30 ਫੁੱਟ ਤੇ 20 ਫੁੱਟ ਤੇ ਪਾਣੀ ਆਉਂਦਾ ਨਲਕਾ ਗੇੜਦੇ ਸੀ ਹੁਣ ਪਾਣੀ ਚੱਲ ਗਿਆ 300-300 ਫੁੱਟ ਤੇ 300-300 ਫੁੱਟ ਮੈਂ ਆਪਣੇ ਹੁੰਦਿਆਂ 1100 ਫੁੱਟ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਇੱਕ ਬੋਰ ਕਰਿਆ 1100 ਫੁੱਟ ਇੱਥੇ ਪਤਾਲ 'ਚ ਚੱਲ ਗਿਆ ਸਮਝ ਲਓ ਹੈ ਇਹ ਪਾਣੀ ਕਈ ਥਾਵਾਂ ਦੇ ਉੱਤੇ ਬਹੁਤ ਥੱਲੇ ਚੱਲ ਗਿਆ ਅਸੀਂ ਪਾਣੀ ਜਿਹੜਾ ਵਾ ਨਾ ਮੈਂ ਝੋਨੇ ਦੇ ਉੱਤੇ ਮੈਂ ਜੇ ਕਹਾਂ ਨਾ ਵੀ ਜੇ ਕਹਿਣ ਵਾਲੇ ਆ ਵੀ ਤਕਰੀਬਨ 600 ਲੀਟਰ ਦੇ 800 ਲੀਟਰ ਪਾਣੀ 1 ਕਿਲੋ ਝੋਨੇ ਵਾਸਤੇ ਚਾਹੀਦਾ ਤੁਸੀਂ 600 ਜਾਂ 800 ਲੀਟਰ ਪਾਣੀ 600 ਲੀਟਰ ਵੀ ਲਾ ਲਓ ਜੇ 600 ਲੀਟਰ ਜਿਹੜਾ ਵਾ ਨਾ ਇੱਥੇ 20 ਰੁਪਏ ਦੀ ਬੋਤਲ ਵਿਕਦੀ ਆ ਤੇ 12,000 ਦਾ ਪਾਣੀ ਲਾਇਆ ਤੇ ਆਪਾਂ ਮਤਲਬ ਜਿਹੜਾ ਵਾ ਉਹਦੇ 'ਚ ਕਿਲੋ ਝੋਨਾ 18 ਰੁਪਏ 20 ਰੁਪਏ ਦਾ ਕੋਈ ਝੋਨਾ ਪੈਦਾ ਕੀਤਾ ਡਾਇਵਰਸੀਫਿਕੇਸ਼ਨ ਜ਼ਰੂਰੀ ਆ ਪਰ ਇਹੀ ਚੀਜ਼ਾਂ ਜਿਹੜੀਆਂ ਕਿਸਾਨਾਂ ਨੂੰ ਬਿਠਾ ਕੇ
ਸਮਝੋ ਉਹਨਾਂ ਨੇ ਸਹਿਮਤੀ ਦੇ ਨਾਲ ਨਹੀਂ ਸਹਿਮਤੀ ਦੇ ਨਾਲ ਸਹਿਮਤੀ ਦੇ ਨਾਲ ਇਹੀ ਚੀਜ਼ਾਂ ਕੁਛ ਜਿਹੜੀਆਂ ਚੰਗੀਆਂ ਇਹਦੇ ਚੋਂ ਲੈ ਲੈਣ, ਕੁਛ ਚੰਗੀਆਂ ਗੱਲਾਂ ਉਹਨਾਂ ਦੀਆਂ ਸਮਝ ਲੈਣ, ਦੁਬਾਰਾ ਲੈ ਆਉਣ। ਐਡੀ ਕੋਈ ਗੱਲ ਨਹੀਂ ਹੈਗੀ ਵੀ ਇਹ ਦੁਬਾਰਾ ਜਿਹੜਾ ਵਾ ਇਹਦੇ 'ਚ ਭਾਈ ਸਾਰਾ ਕੁਛ ਖਤਮ ਹੋ ਜਾਣਾ। ਹਾਂਜੀ ਹਾਂਜੀ ਦੁਬਾਰਾ ਲੈ ਆਉਣ, ਕੋਈ ਇਹਦੇ 'ਚ ਮੇਰਾ ਖਿਆਲ ਮੁੱਛ ਦਾ ਸਵਾਲ ਨਹੀਂ ਹੋਣਾ ਚਾਹੀਦਾ, ਪਿੱਠ ਦਾ ਸਵਾਲ ਨਹੀਂ ਹੋਣਾ ਚਾਹੀਦਾ ਵੀ ਕਿਸੇ ਦੀ ਪਿੱਠ ਲੱਗ ਜਾਣੀ। ਹਾਂ ਦੋਵਾਂ ਪਾਸੇ, ਦੋਨੋਂ ਪਾਸੇ ਦਾ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਵਾ ਵੀ ਜਿੰਨਾ ਚਿਰ ਇਨਵੈਸਟਮੈਂਟ ਨਹੀਂ ਆਊਗੀ, ਨਵੀਂ ਟੈਕਨੋਲੋਜੀ ਨਹੀਂ ਆਊਗੀ, ਨਵਾਂ ਸਿਸਟਮ ਨਹੀਂ ਆਊਗਾ, ਤੇ 30 ਜਿਹੜਾ ਪੁਰਾਣਾ ਜਿਹੜਾ ਵਾ ਤੁਸੀਂ ਇਹ ਵੇਖੋ ਗੁਰਲਾਲ ਜੀ, ਪੁਰਾਣਾ ਜਿਹੜਾ ਕਾਨੂੰਨ ਚੱਲਦਾ ਪਿਆ ਉਹਦੇ 'ਚ ਕਿੰਨੀਆਂ ਖੁਦਕੁਸ਼ੀਆਂ ਹੋਈਆਂ। ਜੇ ਸਭ ਕੁਝ ਚੰਗਾ ਹੁੰਦਾ ਤੇ ਕਿਉਂ ਹੁੰਦੀਆਂ? ਜੀ 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 ਕਿਉਂ ਹੁੰਦੀਆਂ? ਇਸ ਕਰਕੇ ਇਹ ਭਲਾ ਪੰਨੂ ਸਾਹਿਬ ਦਾ ਜਵਾਬ ਇਹੀ ਆ ਵੀ ਇਹਦੇ 'ਚ ਕੁਛ ਨਵਾਂ ਆਉਣਾ ਚਾਹੀਦਾ, ਰਿਫਾਰਮਸ ਹੋਣੇ ਚਾਹੀਦੇ ਆ, ਪਰ ਸਹਿਮਤੀ ਨਾਲ ਹੋ ਜਾਣ, ਗੱਲ ਇੱਥੇ ਅੜੀ ਆ। ਹਾਂਜੀ ਆਪਣੇ ਬਿਠਾ ਕੇ ਬਣਾ ਲੈ ਜਾਣ, ਬਿਠਾ ਕੇ ਬਣਾ ਲਓ। ਆਪਣੇ 3-4 ਕਾਲਰ ਜੁੜ ਗਏ, ਇੱਕ ਅੱਧਾ ਉਹਨਾਂ ਦਾ ਕੁਐਸਚਨ ਲੈ ਲਈਏ ਫਿਰ। ਜੀ ਅਟਵਾਲ ਸਾਹਿਬ ਆਨ ਏਅਰ ਹੋ ਜੀ, ਤੁਸੀਂ ਜੋਸ਼ੀ ਸਾਹਿਬ ਬਣੇ ਹੋਏ ਆਪਣੇ ਨਾਲ। ਹਾਂਜੀ ਗੁਰਲਾਲ ਭਾਜੀ ਸਤਿ ਸ਼੍ਰੀ ਅਕਾਲ, ਤੇ ਜੋਸ਼ੀ ਭਾਜੀ ਬਹੁਤ ਸਤਿ ਸ਼੍ਰੀ ਅਕਾਲ। ਤੁਸੀਂ ਆਲਵੇਜ਼ ਕਹਿ ਲਓ ਵੀ ਆਪਣੇ ਵਧੀਆ ਜਾਣਕਾਰੀ ਦੇਣ ਵਾਸਤੇ ਜੁੜਦੇ ਆ ਜੀ, ਤੇ ਸਾਰੇ ਪੰਜਾਬੀਆਂ ਦਾ ਤੁਹਾਨੂੰ ਤਹਿ ਦਿਲੋਂ ਧੰਨਵਾਦ ਜੀ। ਫਾਰਮਰਸ ਦੀ ਤੁਸੀਂ ਬਹੁਤ ਸਪੋਰਟ ਕੀਤੀ ਤੇ ਜੱਦੋਜਹਿਦ ਦੇ ਵਿੱਚ ਹਮੇਸ਼ਾ ਹਾਂ ਦਾ ਨਾਰਾ ਮਾਰਿਆ ਜੀ। ਤੇ ਤੁਹਾਡੇ ਜਿਹੜੇ ਫੈਲੋ ਪਾਲਿਸੀ ਮੇਕਰਸ ਆ ਜੀ, ਚਾਹੇ ਉਹ ਪੰਜਾਬ ਦੇ ਆ ਜਾਂ ਹੋਰ ਸਟੇਟਸ ਦੇ ਆ ਜੀ, ਉਹਨਾਂ ਵਾਸਤੇ ਤੁਹਾਨੂੰ ਕੀ ਮੈਸੇਜ ਆ ਜੀ ਤੁਸੀਂ ਦੇਣਾ ਚਾਹੋਗੇ ਕਿ ਉਹ ਵੀ, ਕਿਉਂ ਫਾਰਮਰਸ ਦਾ ਜੀ ਸਾਰੇ ਆਪਣੇ ਹਿੰਦੁਸਤਾਨ ਦਾ ਹੀ ਮਸਲਾ ਆ ਜੀ, ਜਿੱਥੇ ਵੀ ਕੋਈ ਗਲੋਬਲੀ ਬੈਠਾ ਹਰ ਕੋਈ ਝਾਕ ਨਾਲ ਦੇਖ ਰਿਹਾ ਵੀ ਕਿਸ ਤਰੀਕੇ ਨਾਲ ਸੁਲਝੇ, ਤੇ ਪੋਲਿਸੀ ਮੇਕਰ ਜੇ ਤੁਹਾਡੀ ਆਵਾਜ਼ ਹੋਊਗੀ ਜੀ ਉਹ ਸਰਕਾਰਾਂ ਜ਼ਿਆਦਾ ਛੇਤੀ ਸੁਣਨਗੀਆਂ ਜੀ ਜੀ ਜੀ। ਤੇ ਦੂਸਰਾ ਮੇਰਾ ਸਵਾਲ ਹੈ ਜੀ ਇੰਡਸਟਰੀ ਤੇ ਡਰੱਗਸ ਬਾਰੇ, ਜਿੱਦਾਂ ਅੰਮ੍ਰਿਤਸਰ ਤੁਸੀਂ ਦੇਖਦੇ ਆ ਜੀ ਇੰਡਸਟਰੀ ਗ੍ਰੈਜੂਅਲੀ ਘੱਟ ਕੇ ਤੇ ਹੁਣ ਖਤਮ ਦੇ ਕਗਾਰ ਤੇ ਆ ਚੁੱਕੀ ਹੈ ਜੀ, ਸੇਮ ਆਪਣੇ ਲੁਧਿਆਣੇ ਦੇ ਵਿੱਚ ਹੋ ਗਿਆ ਜੀ, ਤੇ ਜੇ ਰੁਜ਼ਗਾਰ ਹੈ ਨੀਗਾ ਜੀ ਆਪਣੇ ਬੱਚੇ ਉਹ ਨਸ਼ਿਆਂ ਵੱਲ ਨੂੰ ਜਾ ਰਹੇ ਆ ਜੀ, ਸੋ ਉਹਦੇ ਵਾਸਤੇ ਤੁਸੀਂ ਆਲਵੇਜ਼ ਸਪੋਰਟ ਕੀਤੀ ਜੀ, ਸਟਰਗਲ ਕੀਤਾ ਕਿ ਇੰਡਸਟਰੀ ਆਪਣੀ ਬਰਕਰਾਰ ਰਹੇ, ਤੇ ਤੁਹਾਡਾ ਉਹਦੇ ਵਾਸਤੇ ਕੀ ਸੁਨੇਹਾ ਹੈ ਜੀ, ਕਿਸ ਹਿਸਾਬ ਦੇ ਨਾਲ ਉਹਦੇ ਵਿੱਚ ਬਿਹਤਰੀ ਹੋ ਸਕਦੀ ਆ? ਧੰਨਵਾਦ ਜੀ ਅਟਵਾਲ ਜੀ, ਤੁਸੀਂ ਬਹੁਤ ਸੋਹਣੇ ਕੁਐਸਚਨ ਪੁੱਛੇ, ਆਨਸਰ ਸੁਣੋ। ਜਸ ਸਾਹਿਬ ਇਹ ਸਾਡੇ ਇੱਥੇ ਸਿਟੀ ਆਫ ਟ੍ਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ ਸਰਦਾਰ ਗੁਰਤੇਜ ਸਿੰਘ ਅਟਵਾਲ, ਬਹੁਤ ਵਧੀਆ ਵਿਚਾਰ ਦਿੰਦੇ ਰਹਿੰਦੇ। ਅਤੇ ਤੁਸੀਂ ਹਾਂਜੀ ਜਸ ਸਾਹਿਬ ਇੱਕ ਮਿੰਟ, ਆਪਣੇ ਨਾ ਇੱਕ ਹੋਰ ਕਾਲਰ ਜੁੜ ਕੇ ਫਿਰ ਆਪਾਂ ਬ੍ਰੇਕ ਲੈਂਦੇ, ਤੁਸੀਂ ਆਰਾਮ ਨਾਲ ਜਵਾਬ ਦਿੰਦੇ ਰਹੋ। ਪਤਾ ਕੀ ਹੈ ਫਿਰ ਇਹ ਆ ਵੀ ਤੁਸੀਂ ਨੋਟ ਕਰ ਲਏ, ਜੇ ਸਵਾਲ ਤਾਂ ਠੀਕ ਹੈ ਨਹੀਂ ਤਾਂ ਭੁੱਲ ਜਾਣਗੇ। ਨਹੀਂ ਮੇਰੇ ਜਾਣ 'ਚ ਹੈਗਾ ਜੀ। ਚਲੋ ਤੁਸੀਂ ਐਂ ਕਰੋ ਇਹਨਾਂ ਦਾ ਜਵਾਬ ਦੇ ਦਿਓ, ਤਾਂ ਫਿਰ ਆਪਾਂ ਅੱਗੇ ਬ੍ਰੇਕ ਲੈ ਕੇ ਬਾਅਦ ਚੱਲਦੇ ਹਾਂ। ਦੇਖੋ ਅਟਵਾਲ ਸਾਹਿਬ, ਮੈਂ ਜਿਹੜੀ ਵੇਖੋ ਇੰਡਸਟਰੀ ਦੀ ਗੱਲ, ਪਹਿਲੀ ਇੰਡਸਟਰੀ ਜਿਹੜੀ ਆ ਉਹ ਮਤਲਬ ਇੱਥੇ ਜਿੱਥੇ ਇੰਡਸਟਰੀ ਜਿਹੜੀ ਇੰਡਸਟਰੀ ਚੱਲਦੀ ਆ ਨਾ, ਉੱਥੇ ਜੇ ਰਾ ਮਟੀਰੀਅਲ ਉੱਥੇ ਉਹਦਾ ਹੋਵੇ ਬੇਸ, ਤੇ ਫਿਰ ਤੇ ਉਹ ਜਿਹੜੀ ਆ ਉਹ ਪ੍ਰੋਫਿਟੇਬਲ ਹੁੰਦੀ ਆ। ਨਹੀਂ ਤੇ ਰਾ ਮਟੀਰੀਅਲ ਆਪਾਂ ਲਿਆ ਕੇ ਆਉਣਾ ਬੰਬੇ ਤੋਂ, ਤੇ ਪ੍ਰੋਸੈਸ ਕਰਕੇ ਫਿਰ ਬੰਬੇ ਤੇ ਜੇ ਚੀਜ਼ ਭੇਜਣੀ ਬੰਬੇ ਆਪਾਂ, ਤੇ ਸਾਨੂੰ ਜਿਹੜਾ ਫਰੇਟ ਪੈਣਾ ਨਾ ਉਹਦੇ ਨਾਲ ਸਾਡੀ ਚੀਜ਼ ਮਹਿੰਗੀ ਹੋ ਜਾਂਦੀ ਆ। ਇੱਥੇ ਪ੍ਰੋਸੈਸਿੰਗ ਹਾਊਸ ਅੰਮ੍ਰਿਤਸਰ ਦੇ ਵਿੱਚ ਸੀਗੇ, ਪ੍ਰੋਸੈਸਿੰਗ ਹਾਊਸ ਕੱਪੜਾ ਬਣਦਾ ਸੀ ਤੇ ਪ੍ਰੋਸੈਸ ਹੁੰਦਾ ਸੀ, ਪ੍ਰਿੰਟਿੰਗ ਡਿਜ਼ਾਈਨਿੰਗ ਹੁੰਦੀ ਸੀ। ਇੱਥੇ ਤਕਰੀਬਨ 150 ਸੀਗੇ, ਉਹ ਜਾ ਕੇ ਸੂਰਤ ਚਲ ਗਏ, ਸੂਰਤ ਚਲ ਗਏ, ਗੁਜਰਾਤ ਇੱਥੇ ਰਹੇ 5-7 ਰਹਿ ਗਏ। ਹਾਂ ਗੁਜਰਾਤ 'ਚ ਸੂਰਤ ਇੱਥੇ 5-7 ਰਹਿ ਗਏ। ਤੁਸੀਂ ਇਹ ਸੂਰਤ ਬਾਕੀ ਜਿਹੜੇ 125 ਜਿਸ ਤੋਂ ਵੱਧ ਜਿਹੜੇ ਸੂਰਤ ਚਲੇ ਗਏ, ਕਿਉਂ? ਰਾ ਮਟੀਰੀਅਲ ਕੱਚਾ ਮਾਲ ਉੱਥੋਂ ਆਉਂਦਾ ਸੀ, ਜਿਹੜਾ ਰਾ ਕੱਪੜਾ ਉੱਥੋਂ ਆਉਂਦਾ ਸੀ, ਇੱਥੇ ਪ੍ਰੋਸੈਸ ਹੋ ਕੇ ਤੇ ਫਿਰ ਉਹ ਪਹਿਲਾਂ ਕਿਰਾਇਆ ਪੈਣਾ ਆਉਣ ਦਾ, ਉਹਦਾ ਰੇਟ ਵੱਧ ਜਾਣਾ, ਰਾ ਮਟੀਰੀਅਲ ਦਾ ਰੇਟ ਵੱਧ ਗਿਆ। ਹਾਂਜੀ ਫਿਰ ਜਦੋਂ ਪ੍ਰੈਸ ਪ੍ਰੋਸੈਸ ਹੋ ਕੇ ਜਾਣਾ ਉਹਦਾ ਵੀ ਰੇਟ ਪੈਣਾ, ਫਿਰ ਉੱਥੇ ਮੰਡੀ ਜਿਹੜੀ ਆ ਉਹ ਬੰਬੇ ਸੂਰਤ ਆ ਜਿਹੜੀ ਵੱਡੀ। ਇਸ ਕਰਕੇ ਇਹ ਜਿਹੜਾ ਨਾ ਇੱਥੇ ਇਸੇ ਕਰਕੇ ਐਗਰੋ ਬੇਸਡ ਇੰਡਸਟਰੀ ਦਾ ਇੱਥੇ ਸਕੋਪ ਹੈਗਾ ਜੀ। ਆਪਾਂ ਨਵੀਂ ਟੈਕਨੋਲੋਜੀ ਨਾਲ ਫਸਲਾਂ ਜਿਹੜੀਆਂ ਵਾ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਇੱਕ ਨੈਸਲੇ ਬਣਿਆ, ਨੈਸਲੇ ਇੱਥੇ ਫੂਡ ਪ੍ਰੋਸੈਸਿੰਗ ਦਾ ਕੰਮ ਕਰਦਾ, ਨੈਸਲੇ ਵਰਗੀਆਂ 20 ਇੱਥੇ ਕੰਪਨੀਆਂ ਕਿਉਂ ਨਾ ਆਉਣ ਜੀ? ਜੀ ਜੀ ਨੈਸਲੇ ਵਰਗੀਆਂ 20 ਕੰਪਨੀਆਂ ਇੰਪਲੋਇਮੈਂਟ ਵੀ ਮਿਲੂਗੀ, ਹਾਂਜੀ ਇੰਪਲੋਇਮੈਂਟ ਵੀ ਮਿਲੂਗੀ, ਇੰਡਸਟਰੀ ਵੀ ਲੱਗੂਗੀ, ਤੇ ਲੋਕਾਂ ਨੂੰ ਨਵੀਂ ਚੀਜ਼ ਨਵੀਂ ਟੈਕਨੋਲੋਜੀ ਨਾਲ ਪੈਦਾ ਕਰਨੀ, ਇਹ ਐਕਟਾਂ ਦੇ ਵਿੱਚ ਇਹ ਵੀ ਹੈਗਾ। ਪਰ ਉਹੀ ਗੱਲ ਫਿਰ ਉੱਥੇ ਘੁੰਮ ਘੁਮਾ ਕੇ ਆ ਜਾਂਦੀ ਆ ਵੀ ਇਹ ਖਦਸ਼ਾ ਜਿਹੜਾ ਵਾ ਇਹ ਕਿਤਨਾ ਦੂਰ ਹੋਵੇ ਕਿ ਜਿਹੜੀ ਵੀ ਕੰਪਨੀ ਨੈਸਲੇ ਨੇ ਤੇ ਕੋਈ ਕਬਜ਼ਾ ਨਹੀਂ ਕੀਤਾ ਹਲੇ, ਤੇ ਪੈਪਸੀ ਆਈ ਉਹਨੇ ਪੋਟੈਟੋ ਆਪਣਾ ਜਿਹੜਾ ਵਾ ਸੈਂਪਲ ਦਿੱਤਾ, ਆਪਣਾ ਬੀਜ ਸੀਡ ਦਿੱਤਾ ਤੇ ਪੋਟੈਟੋ ਉਹਨਾਂ ਨੇ ਬਣਵਾਇਆ ਤੇ ਉਹਦੇ ਚਿਪਸ ਤਿਆਰ ਕਰਦੇ ਆ, ਉਹਨੇ ਤੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ, ਤੇ ਕਬਜ਼ਾ ਕਰਨ ਦੀ ਕੋਈ ਕਾਨੂੰਨ ਦੇਸ਼ 'ਚ ਨਹੀਂ ਹੈਗਾ, ਇਹ ਸਭ ਤੋਂ ਵੱਡਾ ਖਦਸ਼ਾ। ਹੁਣ ਕਿਹਨੂੰ ਸਮਝਾਉਣ ਜਾਏ, ਜਦੋਂ ਸਮਝਾਉਣ ਜਾਈਏ ਅਸੀਂ ਉਹ ਗੜ ਪੈ ਜਾਂਦੇ ਆ। ਕਿਸਾਨਾਂ ਨੂੰ ਇਹ ਚੀਜ਼ਾਂ ਨਾਲ ਇਹਨਾਂ ਦੇ ਨਾਲ ਸਾਰਾ ਬਹਿ ਕੇ ਨਵੇਂ ਸਿਨੇਮਾ ਬਣਾਉਣ, ਤੇ ਕਿਸਾਨ ਹੀ ਆਪੇ ਲੀਡਰ ਸਮਝਾਉਣ ਇਹ ਹੁਣ ਠੀਕ ਹੈ, ਸਭ ਕੁਛ ਖਤਮ ਨਹੀਂ ਹੋਣਾ, ਕੰਪਨੀਆਂ ਵੀ ਆਉਣਗੀਆਂ, ਪ੍ਰੋਸੈਸਿੰਗ ਹਾਊਸ ਵੀ ਲੱਗਣਗੇ, ਸਾਰਾ ਕੁਛ। ਇਹ ਜਿਹੜਾ ਡੈਡ ਲੋਕ ਆ ਨਾ,
ਇਹ ਖਤਮ ਹੋਣਾ ਜ਼ਰੂਰੀ ਆ। ਇਸ ਕਰਕੇ ਇਹ ਜਿਹੜੀ ਨਵੀਂ ਟੈਕਨੋਲੋਜੀ ਦੇ ਨਾਲ ਜਿਹੜੀਆਂ ਨਵੀਆਂ ਫਸਲਾਂ ਜਿਹੜੀਆਂ ਵਾ ਉਹ ਆਉਣੀਆਂ, ਉਹਦੇ ਨਾਲ ਫਸਲ ਜ਼ਿਆਦਾ ਹੋਊਗੀ। ਹੁਣ ਰੰਗ ਬਿਰੰਗੀਆਂ ਜਿਹੜੀਆਂ ਸ਼ਿਮਲਾ ਮਿਰਚਾਂ ਆ ਗਈਆਂ ਹੈ ਨਾ, ਹੈ ਉਹ ਤੁਸੀਂ ਇੱਕ ਪੀਲੀ ਆ, ਇੱਕ ਲਾਲ ਆ, ਇੱਕ ਹਰੀ ਆ, ਉਹ ਚੀਜ਼ਾਂ ਜਿਹੜੀਆਂ ਉਹ ਉਦੋਂ ਹੀ ਪੈਦਾ ਹੋਣਗੀਆਂ ਜਦੋਂ ਕੋਈ, ਕਿਉਂਕਿ ਆਮ ਕਿਸਾਨ ਕੋਲ ਜਦੋਂ ਕੋਈ 4-5 ਏਕੜ ਜਗ੍ਹਾ ਵਾ ਜੀ 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 ਉਹ ਤੇ ਆਪਣਾ ਝੋਨਾ ਕਣਕ ਵੇਚ ਕੇ ਇੱਕੋ ਘਰ ਖਾਣ ਜੋਗੀ ਰੱਖ ਲਈ, ਬਾਕੀ ਘਰ ਦੀ ਸਬਜ਼ੀ ਬਿਜਲੀ ਗੁਜ਼ਾਰਾ ਕਰ ਲਿਆ। ਅਸਲ ਦੇ ਵਿੱਚ ਇੱਥੇ ਕਿਸਾਨੀ ਜਿਹੜੀ ਆ ਨਾ ਉਹ ਤੇ ਆਪਣੀ ਰੋਜੀ ਰੋਟੀ ਦਾ ਸਿਰਫ ਸਾਧਨ ਆ। ਇੱਥੇ ਕਿਸਾਨੀ ਕੋਈ ਪ੍ਰੋਫੈਸ਼ਨਲ ਕਿਸਾਨੀ ਨਹੀਂ ਹੈਗੀ ਵੀ ਆਪਾਂ, ਜਿਹੜੇ ਬਹੁਤ ਵੱਡੀ ਕਿਸਾਨੀ ਕਰਦੇ ਨਵੀਂ ਟੈਕਨੋਲੋਜੀ ਨਾਲ, ਉਹਨਾਂ ਨੇ ਬਹੁਤ ਰਾਈਜ਼ ਕੀਤਾ ਵਾ, ਕੁਛ ਚੰਦ ਹੈਗੇ ਆ, ਚਾਹੁੰਦੇ ਆ ਪਰ ਉਹ ਹਨਾ। ਠੀਕ ਠੀਕ ਜੋਸ਼ੀ ਸਾਹਿਬ, ਆਪਾਂ ਨੂੰ ਬਹੁਤ ਸੋਹਣਾ ਤੁਸੀਂ ਐਲੈਬੋਰੇਟ ਕਰ ਰਹੇ ਹੋ, ਆਪਾਂ ਰੁਕਣਾ ਪੈ ਰਿਹਾ ਇੱਕ ਲਾਸਟ ਬ੍ਰੇਕ ਲਈ, ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨਿਮਾਨੀ ਅਨਿਲ ਜੋਸ਼ੀ ਜੀ, ਆਪਾਂ ਰੁਕਣਾ ਪੈ ਰਿਹਾ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ, ਆਪਣੇ ਨਾਲ ਜੁੜੇ ਹੋਏ ਮਾਨਯੋਗ ਅਨਿਲ ਜੋਸ਼ੀ ਜੀ। ਜੋਸ਼ੀ ਜੀ, ਆਪਾਂ ਕੁਐਸਚਨ ਬਹੁਤ ਨੇ ਮੇਰੇ ਕੋਲ, ਤੁਸੀਂ ਬਹੁਤ ਸੋਹਣਾ ਲੱਗ ਰਿਹਾ ਸੀ ਡਰੱਗਸ ਦਾ। ਹਾਂਜੀ ਹਾਂਜੀ, ਇੰਪਲੋਇਮੈਂਟ ਤੇ ਡਰੱਗ ਇਹ ਉਹਦਾ ਵੀ, ਉਹਦਾ ਵੀ ਜਵਾਬ ਇਸੇ 'ਚ ਹੀ ਹੈ ਜੀ। ਜੀ ਜੀ, ਜਿੰਨਾ ਚਿਰ ਜੇ ਕੰਮ ਮਿਲੂਗਾ ਮੁੰਡਿਆਂ ਨੂੰ ਵਿਹਲੇ ਨਹੀਂ ਹੋਣਗੇ ਤੇ ਉਹ ਮਾੜੀ ਸੁਸਾਇਟੀ 'ਚ ਨਹੀਂ ਜਾਣਗੇ, ਉਹਨਾਂ ਦਾ ਸਹੀ ਜਿਹੜਾ ਸਮਾਂ ਵਾ ਉਹ ਕੰਮ 'ਚ ਲੱਗੂਗਾ। ਤੇ ਸਾਰੀਆਂ ਚੀਜ਼ਾਂ ਦਾ ਨਾ ਸਾਡੀ ਐਗਰੀਕਲਚਰ ਜਿਹੜੀ ਆ ਉਹ ਜਿਹੜੀ ਆ ਨਾ ਉਹਦੀ ਟੈਕਨੋਲੋਜੀ ਇਹੋ ਜਿਹੀ ਹੋਵੇ, ਇੱਥੇ ਇੰਡਸਟਰੀ ਚਾਹੀਦੀ ਉਹਦੇ ਨਾਲ, ਉਹਦੇ ਹਨਾ ਰਾ ਮਟੀਰੀਅਲ ਸਾਡੇ ਕੋਲ ਹੋਵੇ, ਇੰਡਸਟਰੀ ਲੱਗੇ, ਇੰਪਲੋਇਮੈਂਟ ਮਿਲੇ, ਤੇ ਸਾਰੇ ਮਸਲੇ। ਆਪਾਂ ਇੱਕ ਇੱਕ ਕਾਲਰ ਹੀ ਹੋਰ ਲੈਣਾ ਜੀ, ਕਾਲਾਂ ਬਹੁਤ ਆਈਆਂ ਤਾਂ ਕਿਉਂਕਿ ਕੁਐਸਚਨ ਰਹਿ ਜਾਣੇ ਆਪਣੇ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਸਾਹਿਬ ਬੋਲ ਰਹੇ ਹੋ? ਹਾਂਜੀ, ਮੈਂ ਪਾਲ ਸਿੰਘ ਬੋਲ ਰਿਹਾ ਇੱਥੋਂ ਕੈਲੀਫੋਰਨੀਆ ਤੋਂ ਜੀ। ਮੈਂ ਜੋਸ਼ੀ ਜੀ, ਮੈਂ ਥੋੜਾ ਜਿਹਾ ਤੁਹਾਡਾ ਪ੍ਰੋਗਰਾਮ ਸੁਣਿਆ, ਪਰ ਜਿਹੜਾ ਜਿਸ ਤਰੀਕੇ ਨਾਲ ਪੰਜਾਬੀ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ, ਤੇ ਮੈਂ ਸਾਰਾ ਜਿਹੜਾ ਇਸੋ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਜੀ, ਗੱਲ ਇਹ ਹੈ ਕਿ ਜਿਹੜਾ ਕੈਲੀਫੋਰਨੀਆ, ਜਿੱਦਾਂ ਵੀ ਇੱਥੇ ਕੈਲੀਫੋਰਨੀਅਨ ਹੈਗੇ ਨੇ ਨਾ ਸਾਰੇ ਬਾਹਰ ਪੰਜਾਬੀ ਜੀ, ਉਹ ਸਾਰੇ ਜਿਹੜੇ ਨਾ ਕਿਸਾਨੀ ਨਾਲ ਜੁੜੇ ਦੇ ਨੇ ਜੀ ਜੀ ਜੀ। ਤੇ ਇਸ ਕਰਕੇ ਤੁਸੀਂ ਇਹ ਜਿਹੜਾ ਕਿਸਾਨੀਆਂ ਦਾ ਮੁੱਦਾ ਚੁੱਕ ਰਹੇ ਹੋ, ਬੀਜੇਪੀ ਦੀ ਆਪਣੀ ਆਪਣੇ ਉਹਨਾਂ ਨੂੰ ਤੁਸੀਂ ਇਹ ਆਰਐਸ ਦਾ ਜਿਹੜਾ ਵਿੰਗ ਹੈ, ਜਿੱਥੇ ਤੱਕ ਮੈਂ ਸੁਣਿਆ ਜੀ, ਆਰਐਸ ਦਾ ਜਿਹੜਾ ਵਿੰਗ ਹੈ ਕਿਸਾਨੀ ਵਿੰਗ, ਉਹ ਵੀ ਜਿਹੜਾ ਨਾ ਉਹ ਵੀ ਹੈਗਾ ਇਸ ਤਰੀਕੇ ਦਾ। ਹੈਲੋ, ਠੀਕ ਹੈ ਜੀ ਜੀ, ਤੁਸੀਂ ਔਨ ਏਅਰ ਕੌਣ ਸਾਹਿਬ ਬੋਲ ਰਹੇ ਹੋ? ਬਾਜਵਾ ਸਾਹਿਬ, ਡਾਕਟਰ ਬਾਜਵਾ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ। ਸਤਿ ਸ਼੍ਰੀ ਅਕਾਲ ਜੀ ਜੋਸ਼ ਸਾਹਿਬ, ਆਪਣੇ ਬਣੇ ਕੋਈ ਆਪਣੇ ਕੋਲ ਟਾਈਮ ਥੋੜਾ ਬਾਜਵਾ ਸਾਹਿਬ। ਹਾਂਜੀ ਹਾਂਜੀ, ਸੋ ਮੈਂ ਅਨਿਲ ਜੋਸ਼ੀ ਜੀ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ 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 ਜੀ। ਬਾਕੀ ਪਹਿਲਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਐਟਲੀਸਟ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਜੋ ਉਹਨਾਂ ਦੀਆਂ ਪ੍ਰੋਬਲਮ ਦੇ ਨਾਲ ਸਹਿਮਤੀ ਜਿਤਾਈ ਹੈ ਜੀ, ਪਰ ਜਿਹੜੇ ਉਹ ਸੋਲੂਸ਼ਨ ਦੱਸ ਰਹੇ ਹੈ ਜੀ ਜੀ, ਕਿਸੇ ਹੱਦ ਤੱਕ ਉਹ ਕਾਗਜ਼ ਪੱਤਰ ਲਿਖਣ ਚ ਤਾਂ ਠੀਕ ਹੈ ਜੀ ਜੀ। ਮੇਰਾ ਇਹਨਾਂ ਨੂੰ ਸਵਾਲ ਇਹ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਜੀਣ ਵਾਸਤੇ, ਫੈਮਿਲੀ ਚਲਾਉਣ ਵਾਸਤੇ ਕੁਛ ਨਾ ਕੁਛ ਪੈਸੇ ਟਕੇ ਦੀ ਲੋੜ ਹੈ ਜੀ। ਇਹ ਜੋ ਕੁਛ ਵੀ ਇਹ ਕਹਿ ਰਹੇ ਹੈ, ਜਿਹੜੇ 3 ਬਿੱਲ ਬਣੇ ਹੈ ਉਹ ਠੀਕ ਹੈ, ਜਦੋਂ ਸਾਡੇ ਕੋਲੋਂ ਸਮਾਨ ਵਿਕ ਗਿਆ, ਸਾਡੇ ਵੱਲੋਂ ਕਾਰਪੋਰੇਟ ਉਹਨੂੰ ਗੋਡਾਊਨ 'ਚ ਰੱਖੇ ਅਤੇ ਚਾਹੇ ਉਹ ਉਹਨੂੰ ਕੋਲਡ ਸਟੋਰ 'ਚ ਰੱਖੇ ਜੀ ਜੀ, ਇਵੇਂ ਹੀ ਅਸੀਂ ਕੀ ਬੀਜਣਾ ਹੈ ਸਾਡੇ ਨਾਲ ਕੰਟੈਕਟ ਕਰ ਲੈਣ, ਕੋਈ ਪ੍ਰੋਬਲਮ ਨਹੀਂ। ਔਰ ਜਿਹੜਾ ਤੀਜਾ ਇਹਨਾਂ ਦਾ ਬਿੱਲ ਹੈ ਮੰਡੀ, ਉਹ ਮੰਡੀ ਖਰੀਦੇ, ਪ੍ਰਾਈਵੇਟ ਖਰੀਦੇ, ਜਿੰਨੇ ਖਰੀਦਣਾ ਬੜੀ ਖੁਸ਼ੀ ਨਾਲ ਖਰੀਦਣ। ਪਰ ਮੇਰਾ ਇਹਨਾਂ ਨੂੰ ਇਹ ਸਵਾਲ ਹੈ ਜੋਸ਼ੀ ਸਾਹਿਬ ਨੂੰ, ਇਹ ਤਾਂ ਬੜਾ ਸਲਿਊਸ਼ਨ ਸਾਫ਼ ਹੈ, ਅਸੀਂ ਵੀ ਇਹਨੂੰ ਬੜਾ ਪੜ੍ਹਿਆ ਬਿੱਲਾਂ ਨੂੰ, ਬੜੀ ਇੱਥੇ ਕਈ ਵਾਰੀ ਡਿਬੇਟ ਵੀ ਕੀਤੀ ਹੈ ਜੀ ਜੀ ਜੀ। ਅਗਰ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸਵਾਮੀਨਾਥਨ ਸਿਸਟਮ ਦੀ ਬਣੀ ਹੈ ਉਹ, ਚਾਹੇ ਉਹਨੂੰ ਮੈਂ ਖਰੀਦਾਂ, ਚਾਹੇ ਜੋਸ਼ੀ ਸਾਹਿਬ ਖਰੀਦਣ, ਚਾਹੇ ਗੁਰਲਾਲ ਖਰੀਦੇ, ਉਹਨਾਂ ਨੂੰ ਤੁਸੀਂ ਉਹ ਪ੍ਰਾਈਸ ਦੇ ਦਿਓ, ਫਿਰ ਤਾਂ ਉਹ ਤੁਹਾਡੇ ਨਾਲ ਕਿਸੇ ਪਾਸੇ ਲੱਗ ਜਾਣਗੇ। ਬਾਕੀ ਚੀਜ਼ ਇਹ ਹੈ ਕਾਰਪੋਰੇਟ ਦੇ ਬੈਨੀਫਿਟ ਨੁਕਸਾਨ ਤੁਸੀਂ ਚੰਗੀ ਤਰ੍ਹਾਂ ਸਮਝਦੇ ਜੇ। ਸੋ ਮੇਰੇ ਵੱਲੋਂ ਤਾਂ ਇਹ ਹੈ ਜੀ ਵੀ ਤੁਸੀਂ ਉਹਦੇ ਬਿੱਲਾਂ ਦੇ ਵਿੱਚ MSP ਜਿਹੜੀ ਹੈ ਉਹ ਇੰਟਰੋਡਿਊਸ ਕਰ ਦਿਓ, ਕਿਉਂਕਿ ਬਾਕੀ ਚੀਜ਼ ਹੈ ਜਿਹੜਾ ਇੰਡੀਆ ਸਿਸਟਮ ਹੈ ਐਗਰੀਕਲਚਰ, ਐਗਰੀਕਲਚਰ ਦਾ ਜਿਹੜਾ ਲੈਂਡਸਕੇਪ ਹੈ ਉਹ ਬੜਾ ਯੂਨੀਕ ਹੈ, ਉਹ ਤੁਸੀਂ ਦੂਜੀਆਂ ਕੰਪਨੀਆਂ ਨਾਲ ਨਹੀਂ ਲਾ ਸਕਦੇ। ਫੈਕਟਰੀ ਲਾਉਣੀ ਹੋਰ ਗੱਲ ਹੈ, ਐਗਰੀਕਲਚਰ ਨੂੰ ਚਲਾਉਣਾ ਹੋਰ ਗੱਲ ਹੈ, ਇੰਨੇ ਲੋਕ ਇਹਦੇ ਵਿੱਚ ਇਹ ਨੌਕਰੀ ਪੇਸ਼ਾ ਕਰਦੇ ਆ, ਉਹ ਕਿੱਧਰ ਜਾਣਗੇ? ਜੋਸ਼ੀ ਸਾਹਿਬ ਜਿਵੇਂ ਤੁਸੀਂ ਕਿਹਾ ਅੰਮ੍ਰਿਤਸਰ 'ਚ ਇੰਡਸਟਰੀ ਖਤਮ ਹੋ ਗਈ, ਇਵੇਂ ਹੀ ਲੁਧਿਆਣੇ 'ਚ ਖਤਮ ਹੋਈ ਹੈ। ਔਰ ਜਿਹੜਾ ਪਾਣੀ ਮਕਾਇਆ ਹੈ ਉਹ ਜ਼ਿਮੀਂਦਾਰ ਦਾ ਨਹੀਂ ਕਸੂਰ, ਉਹਦੇ 'ਚ ਉਹ ਆਪਣੀ ਲੋੜ ਸੀ ਕੰਟਰੀ ਨੂੰ, ਉਹਨਾਂ ਨੇ ਝੋਨਾ ਉਗਾ ਕੇ ਤੁਹਾਨੂੰ ਦਿੱਤਾ। ਸੋ ਮੇਰਾ ਸਵਾਲ ਇਹ ਹੈ ਜੀ ਤੁਸੀਂ MSC ਕਿਉਂ ਨਹੀਂ ਦਵਾ ਸਕਦੇ? ਥੈਂਕ ਯੂ, ਧੰਨਵਾਦ ਡਾਕਟਰ ਸਾਹਿਬ ਤੁਹਾਡਾ।
ਜੀ ਜੋਸ਼ ਸਾਹਿਬ ਨਹੀਂ ਬਾਜਵਾ ਸਾਹਿਬ ਹਾਂ ਤੁਹਾਡੀ ਮੈਂ ਗੱਲ ਸਮਝ ਗਿਆ। MSP ਜਿਹੜਾ ਨਾ ਜੀ, ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਜਦੋਂ ਇਹ ਗ੍ਰੀਨ ਰੈਵੋਲੂਸ਼ਨ ਦੀ ਗੱਲ ਕੀਤੀ ਉਦੋਂ ਪੰਜਾਬ ਦੇ, ਕਿਉਂਕਿ ਪੰਜਾਬ 'ਚ ਕਿਸਾਨੀ ਜ਼ਮੀਨਾਂ 'ਚ ਹੁਣ ਤੇ ਹਰ ਜਗ੍ਹਾ ਦੇ ਉੱਤੇ ਹਰ ਸੂਬੇ ਦੇ ਵਿੱਚ ਬਹੁਤ ਸਾਰੀ ਖੇਤੀ ਹੋਣ ਲੱਗ ਪਈ ਆ। ਉਸ ਵੇਲੇ ਪੰਜਾਬ ਉਪਜਾਊ ਜ਼ਮੀਨ ਸੀ, ਉਸ ਵੇਲੇ ਇਹਨਾਂ ਨੂੰ ਅਸ਼ੋਰਡ ਪ੍ਰਾਈਸ ਜਿਹੜਾ ਵਾ ਉਹਨਾਂ ਨੇ ਤੈਅ ਕੀਤਾ ਵੀ ਤੁਹਾਨੂੰ ਅਸੀਂ MSP ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ, ਤੇ ਉਹ ਜਿਹੜਾ ਵਾ ਉਸ ਟਾਈਮ ਤੇ ਸ਼ੁਰੂ ਹੋਇਆ। ਹੁਣ ਇੰਨੀ ਕੁ ਫਸਲ ਹੋ ਗਈ ਆ ਜਿਹੜੀ ਜਿਹੜੀ ਝੋਨਾ ਝੋਨਾ ਜਦੋਂ ਜ਼ਰੂਰਤ ਸੀ ਉਦੋਂ ਉਹਨਾਂ ਉਗਾ ਲਿਆ। ਹੁਣ ਤੇ ਡਾਇਵਰਸੀਫਿਕੇਸ਼ਨ ਸਾਰੀ ਦੁਨੀਆ ਚਾਹੁੰਦੀ ਆ, ਕਿਸਾਨ ਖੁਦ ਚਾਹੁੰਦਾ ਵਾ ਸਾਨੂੰ ਅਲਟਰਨੇਟ ਮਿਲੇ ਤੇ ਅਸੀਂ ਵੀ ਚੇਂਜ ਕਰ ਲਈਏ। ਇਹੀ ਗੱਲ ਜਿਹੜੀ ਆ, ਮੈਂ ਪਿਛਲੇ ਇੱਕ ਦੋ ਮੀਟਿੰਗਾਂ ਦੇ ਵਿੱਚ ਜਿਹੜੀ ਆ ਇਸ ਤਰ੍ਹਾਂ ਇੰਟਰਵਿਊ ਹੋਈ ਉਹਦੇ 'ਚ ਕਿਹਾ ਵੀ ਪੰਜਾਬ ਦੇ ਵਿੱਚ ਜਦੋਂ ਮਸਲਾ ਸੀਗਾ ਨਾ ਉਦੋਂ ਸਿਰਫ ਪੰਜਾਬ ਹਰਿਆਣੇ ਦੀ ਗੱਲ ਸੀ ਜਿੱਥੇ MSC ਮਿਲਦੀ ਆ, ਮਿਲਦੀ ਹੈ ਜੀ। ਇੱਥੇ ਤਕਰੀਬਨ 30,000 ਕਰੋੜ ਰੁਪਈਆ ਐਵਰੇਜ ਜਿਹੜਾ ਤਕਰੀਬਨ ਜਿਹੜਾ ਵਾ ਉਹ ਝੋਨੇ ਦਾ 30,000 ਕਰੋੜ ਰੁਪਈਆ ਇਹ ਕਣਕ ਦਾ ਪੰਜਾਬ ਦੇ ਵਿੱਚ MSP ਆਉਂਦੀ ਆ। ਤੇ ਪੰਜਾਬ ਜੇ ਖੁਸ਼ਹਾਲ ਆ ਨਾ ਤੇ ਉਹ ਇਸੇ ਕਰਕੇ 60,000 ਕਰੋੜ ਰੁਪਈਆ ਅਸ਼ੋਰਡ ਜਿਹੜਾ ਵਾ ਉਹ ਐਗਰੀਕਲਚਰ ਦੇ ਉੱਤੇ ਜਿਹੜਾ ਵਾ MSP ਆਉਂਦੀ ਆ ਹਰ ਸਾਲ ਨਵੀਂ ਇਕਨੋਮੀ ਦੇ ਵਿੱਚ। ਜਿਹਦੇ ਜਿਸ ਸਟੇਟ ਦੇ ਵਿੱਚ 60,000 ਕਰੋੜ ਰੁਪਈਆ ਆ ਜੇ ਉਹਨੂੰ ਕਦੀ ਕੁਛ ਨਹੀਂ ਹੋ ਸਕਦਾ। ਹਾਂ, ਕਿਸਾਨ ਜਿਹੜਾ ਵਾ ਇੱਕ ਕਰਜ਼ਾਈ ਹੋ ਗਿਆ, ਇੱਕ ਨੇ ਜ਼ਮੀਨ ਵੇਚੀ ਦੂਜੇ ਨੇ ਲੱਲੀ, ਜ਼ਮੀਨ ਨੇ ਤੇ ਉਪਜਾਊ ਉਨੀ ਹੀ ਰਹਿਣਾ, ਜਿਹੜਾ ਦੂਜਾ ਲਓ ਉਹਨੇ ਵੀ ਫਸਲ ਉਗਾਉਣੀ ਆ। ਇਸ ਕਰਕੇ ਜਿਹੜੀਆਂ ਚੀਜ਼ਾਂ ਜਿਹੜੀ ਮੈਂ ਗੱਲ ਕੀਤੀ ਆ ਨਾ ਜਾਂ ਬਾਜਵਾ ਸਾਹਿਬ ਨੇ ਗੱਲ ਕੀਤੀ ਆ ਉਹਦੇ 'ਚ ਜੇ ਆਪਾਂ ਇੰਡਸਟਰੀ ਲੱਗ ਜਾਈਏ ਨਾ ਤੇ ਉਹਦੇ 'ਚ ਕਿਸਾਨੀ ਜਿਹੜੀ ਉਸੇ ਤਰ੍ਹਾਂ ਹੋਣੀ ਆ। ਕਿਸਾਨੀ ਦਾ ਨਹੀਂ ਕੋਈ ਫਰਕ ਪੈ ਜਾਣਾ, ਉਹ 'ਚ ਕੰਮ ਕਰਨ ਵਾਲੇ ਉਹਨੇ ਹੋਣੇ ਆ, ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਮਜ਼ਦੂਰੀ ਜਾਂ ਮਜ਼ਦੂਰ ਲੱਗਦੇ ਆ, ਗੋਡੀ ਵਾਲੇ ਲੱਗਦੇ ਆ, ਉਹ ਉਨੇ ਹੀ ਲੱਗਣੇ ਆ। ਉਹਦੇ 'ਚ ਕੋਈ ਐ ਨਹੀਂ ਕੋਈ ਫਰਕ ਪੈ ਜਾਣਾ, ਪਰ ਉਹਦੇ ਨਾਲ ਜਿਹੜੀ ਇੰਪਲਾਇਮੈਂਟ ਇੰਡਸਟਰੀ ਦੇ ਵਿੱਚ ਵੀ ਮਿਲ ਜਾਣੀ ਆ, ਠੀਕ ਹੈ ਨਾ। ਦੂਜੀ ਜਿਹੜੀ ਇੰਡਸਟਰੀ ਆ ਉਹ ਤੁਹਾਨੂੰ ਦੱਸਿਆ ਕਿੰਨਾ ਕਾਰਨਾ ਕਰਕੇ ਗਈ। ਲੋਹਾ ਜਿਹੜਾ ਵਾ ਬਟਾਲਾ ਜਿਹੜਾ ਵਾ ਲੋਹੇ ਦੀ ਬਹੁਤ ਵੱਡੀ ਜਿਹੜੀ ਆ ਹੱਬ ਸੀਗੀ ਕਟਲਰੀ ਜੀ, ਹੈ ਤੇ ਉਹ ਉਹੀ ਗੱਲ ਆ ਵੀ ਉਹ ਜਿਹੜਾ ਆਉਂਦਾ ਸੀ ਇੱਥੇ ਜਿਹੜਾ ਲੋਹਾ ਕੱਚਾ ਮਾਲ ਜੀ ਇੱਥੋਂ ਪ੍ਰੋਸੈਸ ਹੋ ਕੇ ਜਾਂ ਜਿਹੜਾ ਜੋ ਵੀ ਇੱਥੇ ਕਰਦੇ ਸੀ ਇੰਡਸਟਰੀ ਦੇ ਵਿੱਚ ਤੇ ਫਿਰ ਵਾਪਸ ਜਾਂਦਾ ਸੀ। ਉਹ ਕੋਟਾ ਸੀ ਪਹਿਲਾਂ, ਕੋਟਾ ਖਤਮ ਹੋ ਗਿਆ ਸਿਸਟਮ ਜੀ ਜੀ, ਤੇ ਉਸ ਤੋਂ ਬਾਅਦ ਜਿਹੜਾ ਵਾ ਇੱਥੇ ਫਰੇਟ ਜਿਹੜਾ ਵਾ ਉਹ ਤੇ ਉਹ ਇੰਡਸਟਰੀ ਉੱਥੇ ਟਾਟਾ ਦੇ ਲੱਗ ਗਈ ਕਿ ਉਹਨਾਂ ਲੱਗੇ ਜਿੱਥੋਂ ਲੋਹਾ ਆਉਂਦਾ ਜੀ, ਇਸ ਕਰਕੇ ਉੱਥੇ ਲੱਗ ਗਈਆਂ ਜੀ, ਉੱਥੇ ਲੱਗ ਗਈਆਂ ਸਾਰੀਆਂ। ਇਸੇ ਤਰ੍ਹਾਂ ਬੱਗੂ ਬੰਦਗੜ੍ਹ ਵੀ ਜਿਹੜਾ ਵਾ ਇਸ ਤਰ੍ਹਾਂ ਦੀ ਜਿਹੜੀ ਆ। ਹਾਂਜੀ, ਇਹ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਦੱਸਿਆ ਰਾ ਮਟੀਰੀਅਲ ਸਾਡੇ ਕੋਲ ਐਗਰੀਕਲਚਰ ਬੇਸਡ ਹੀ ਆ, ਇਸ ਕਰਕੇ ਇੰਡਸਟਰੀ ਵੀ ਐਗਰੀਕਲਚਰ ਬੇਸਡ ਹੀ ਇੱਥੇ ਜਿਹੜੀ ਆ ਉਹ ਵਾਇਬਲ ਹੈਗੀ ਆ, ਤੇ ਉਹਦਾ ਹੀ ਤਰੀਕਾ ਲੱਭਣ ਦੀ ਲੋੜ ਆ। ਮੈਂ ਜਿਹੜਾ ਵਾ ਨਾ ਗੱਲ ਕੀਤੀ ਆ ਵੀ ਬਾਰ ਬਾਰ ਇਹੀ ਗੱਲ ਮੈਂ ਕਰਦਾ ਵਾ ਵੀ ਸਰਕਾਰ ਨੂੰ ਕਿਸਾਨਾਂ ਨਾਲ ਬੈਠ ਕੇ ਅਸ਼ੋਰ ਜਿਹੜੀ ਹੈ ਨਾ, MSP ਕਿਹਾ ਨਾ, ਅਸ਼ੋਰੈਂਸ ਦੇ ਦੇਣਾ MSP, ਤੇ ਉਹਨਾਂ ਨੇ ਕਿਹਾ ਹੀ ਆ ਫਿਰ ਵੀ ਪੰਜਾਬ ਨੂੰ ਜਿਹੜੀ ਜਿੰਨੀ ਅੱਗੇ ਦਿੰਦੇ ਅਸੀਂ ਦੇਈ ਜਾਵਾਂਗੇ। ਸਾਰੇ ਦੇਸ਼ ਨੂੰ ਜਿੱਥੇ ਮੰਡੀ ਸਿਸਟਮ ਹੈ ਨਹੀਂ, APMC ਐਕਟ ਨਹੀਂ ਹੈਗਾ ਜਿੱਥੇ, ਹੈ ਨਾ, ਬਾਕੀ ਸਟੇਟਾਂ 'ਚ ਹੈ ਹੀ ਨਹੀਂਗਾ ਜੀ, ਉੱਥੇ ਜਿਹੜਾ ਵਾ ਉਹ ਨਹੀਂ ਹੈਗਾ, MSP ਵੀ ਨਹੀਂ ਹੈਗੀ। MSP ਜਦੋਂ ਪੰਜਾਬ ਹਰਿਆਣਾ ਇੱਕੋ ਸੀ ਉਦੋਂ ਵੱਡਾ ਪੰਜਾਬ ਮਹਾ ਪੰਜਾਬ ਜੀ ਜੀ, ਉਦੋਂ ਜਦੋਂ ਇਹ ਇੱਥੇ ਕਿਸਾਨੀ ਵਾਰ ਗ੍ਰੀਨ ਰੈਵੋਲਿਊਸ਼ਨ ਦੀ ਗੱਲ ਹੋਈ ਤੇ ਉਦੋਂ ਅਸ਼ੋਰਡ ਤੇ ਉਦੋਂ ਦਾ ਇਸ ਤਰ੍ਹਾਂ ਚੱਲੀ ਜਾਂਦਾ। ਸਰਕਾਰ ਨੇ ਅਸ਼ੋਰੈਂਸ ਦਿੱਤੀ ਆ ਜੀ ਜੀ, ਸਰਕਾਰ ਨੇ ਕਿਹਾ ਵਾ ਵੀ ਜਿਸ ਤਰ੍ਹਾਂ ਚੱਲਦਾ ਇਹ ਇਸ ਤਰ੍ਹਾਂ ਰਹੂਗਾ ਜੀ, ਪਰ ਖਦਸ਼ੇ ਉਹ ਆ ਵੀ ਜੇ ਬਾਹਰੋਂ ਆ ਗਈ ਦੂਜੇ ਮਹਿੰਗਾ ਲੈ ਕੇ ਉਹ ਮੰਡੀ ਬੰਦ ਹੋ ਜੂਗੀ। ਇਹ ਚੀਜ਼ਾਂ ਜਿਹੜੀਆਂ ਨਾ ਉਹੀ ਗੱਲ ਆ ਵੀ ਇਹ ਗੱਲਬਾਤ ਨਾਲ ਹੱਲ ਹੋਣੀਆਂ, ਇਹ ਖਦਸ਼ੇ ਜਿਹੜੇ ਆ ਇਹ ਜਿਹੜੇ ਡਰ ਆ ਇਹ ਜਦੋਂ ਗੱਲਬਾਤ ਹੋਊਗੀ ਬਾਰ 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 ਇਹ ਦੂਰ ਹੋਣਗੇ, ਤੇ ਫਿਰ ਮੈਂ ਐਂਡ ਦੇ ਉੱਤੇ ਜੇ ਫਿਰ ਵੀ ਗੱਲ ਨਹੀਂ ਬਣਦੀ ਤੇ ਫਿਰ ਕਿਸਾਨਾਂ ਨੂੰ ਬਿਠਾ ਕੇ ਨਵਾਂ ਸਿਸਟਮ ਬਣਾਉਣ ਦੇ ਵਿੱਚ ਵੀ ਕੋਈ ਹਰਜ ਨਹੀਂਗਾ। ਕਾਨੂੰਨ ਬਣਦੇ ਵੀ ਆ, ਕਾਨੂੰਨ ਵਾਪਸ ਵੀ ਹੁੰਦੇ ਆ, ਕੁਛ ਨਹੀਂ ਹੁੰਦਾ। ਜੋਸ਼ੀ ਸਾਹਿਬ, ਦੇਸ਼ ਨੂੰ ਇੰਨਾ ਖਲਾਰਾ ਪਾ ਲਈਏ, ਇਹਨੂੰ ਹੌਲੀ ਹੌਲੀ ਇਸੇ ਦੇ ਵਿੱਚੋਂ ਮਾੜੇ ਅੰਸਰ ਜਿਹੜੇ ਆ ਉਹ ਆਪਣਾ ਫਾਇਦਾ ਉਠਾ ਜਾਣ, ਸ਼ਾਂਤ ਪੰਜਾਬ ਜਿਹਨੇ ਅੱਗੇ ਬਹੁਤ ਸੰਤਾਪ ਹੰਡਾਇਆ ਦੁਬਾਰਾ ਉਸ ਸੰਤਾਪ 'ਚ ਆ ਜਾਏ, ਇਹ ਸਭ ਤੋਂ ਮਾੜੀ ਗੱਲ ਇਹ ਹੋਊਗੀ, ਨਾ ਕਿ ਜਿਹੜਾ ਵਾ ਕਾਨੂੰਨ ਲਾਗੂ ਕਰਨੇ ਜ਼ਰੂਰੀ ਆ। ਇਸ ਕਰਕੇ ਕਾਨੂੰਨ ਲਾਗੂ ਜਿਹੜੇ ਆ ਨਾ ਉਹ ਸਹਿਮਤੀ ਨਾਲ ਹੋਣੇ ਚਾਹੀਦੇ ਆ, ਤੇ ਸਹਿਮਤੀ ਨਾਲ ਬਣਾ ਲੈਣ, ਕੋਈ ਹਰਜ ਨਹੀਂਗਾ। ਇਹੀ ਮੇਰੀ ਪ੍ਰਾਈਮ ਮਿਨਿਸਟਰ ਨੂੰ ਵੀ ਬੇਨਤੀ ਆ ਤੇ ਕਿਸਾਨਾਂ ਨੂੰ ਵੀ ਬੇਨਤੀ ਆ ਵੀ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਨੇੜੇ ਲਿਆਓ, ਤੇ ਇਹ ਜਿਹੜਾ ਇੱਕ ਵਾਤਾਵਰਣ ਜਿਹੜਾ ਖਿਚਾਅ ਦਾ ਬਣ ਗਿਆ ਨਾ ਪੰਜਾਬ ਦੇ ਵਿੱਚ, ਇਹ ਬਹੁਤ ਮਾੜਾ, ਬਹੁਤ ਮਾੜਾ ਦੂਰ ਹੋਣਾ ਚਾਹੀਦਾ। ਜੋਸ਼ ਸਾਹਿਬ, ਤੁਸੀਂ ਨਾ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੈਂ ਸ਼੍ਰੋਮਣੀ ਅਕਾਲੀ ਦਲ 'ਤੇ ਆਉਣਾ ਸੀ, ਬਸਪਾ ਨਾਲ ਸਮਝੌਤਾ 2022, BJP ਅਤੇ ਹੋਰ ਤੁਹਾਡਾ ਜਿਹੜਾ ਪੁਰਾਣਾ ਸਾਥੀ ਉਹਦੇ ਬਾਰੇ ਲੋਕਾਂ ਦੇ ਬਹੁਤ ਕੁਐਸਚਨ ਹੈ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੈਂ ਕਿਸ ਦਿਨ ਫਿਰ ਤੁਹਾਨੂੰ ਤਕਲੀਫ ਜ਼ਰੂਰ ਦਊਂਗਾ, ਤੁਹਾਡੇ ਨਾਲ ਸੈਸ਼ਨ ਲਾਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ, ਆਪਣਾ ਪੂਰਾ ਖਿਆਲ ਰੱਖਣਾ। ਦਰਸ਼ਕੋ, ਇਹ ਸਨ ਸਾਡੇ ਨਾਲ ਬਣੇ ਹੋਏ ਮਾਣਯੋਗ ਅਨਿਲ ਜੋਸ਼ੀ ਜੀ, ਬੜੇ ਚੰਗੇ ਵਿਚਾਰ, ਬੜੇ ਖੁੱਲ੍ਹ ਕੇ ਇਹਨਾਂ ਨੇ ਆਪਦੇ ਵਿਚਾਰ ਰੱਖੇ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਤਾਂ ਆਪਣੇ ਕੋਲ ਬਹੁਤ ਸਾਰੇ ਕੁਐਸਚਨ ਸੀਗੇ। ਤੁਸੀਂ ਆਪਣਾ ਬਹੁਤ ਖਿਆਲ ਰੱਖਣਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।